ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤਾਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਸਤਿਗੁਰੂ ਜੀ ਹਨ ਇਹਨਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਪਾਵਨ ਬਚਨ ਸੁਣਨੇ ਫਿਰ ਆਪਣੇ ਮਨ ਦੀ ਜੋ ਵੀ ਇੱਛਾ ਹੈ ਉਹ ਦੇ ਬਾਵਤ ਗੁਰੂ ਚਰਨਾਂ ਚਰਦਾਸ ਸੰਗਤ ਰੂਪ ਵਿੱਚ ਜਦੋਂ ਅਰਦਾਸ ਹੁੰਦੀ ਹੈ ਇਸ ਨੂੰ ਮੇਰੇ ਸਤਿਗੁਰ ਨੇ ਬਹੁਤ ਵੱਡੀ ਸ਼ਕਤੀ ਦੱਸਿਆ ਵੈਸੇ ਅਰਦਾਸ ਸਿੱਖ ਇਕੱਲਾ ਵੀ ਕਰ ਸਕਦਾ ਹੈ ਪਰ ਮਨ ਜੁੜਿਆ ਹੋਣਾ ਚਾਹੀਦਾ ਹੈ ਜਦੋਂ ਹਰ ਪਾਸੇ ਤੋਂ ਸਾਡੇ ਸਹਾਰੇ ਸਾਡੇ ਆਸਰੇ ਟੁੱਟ ਜਾਣ ਕਿਸੇ ਵੀ ਤਰ੍ਹਾਂ ਦਾ ਸਾਡੇ ਤੇ ਦੁੱਖ ਆਉਂਦਾ ਹੈ ਤਾਂ ਉਦੋਂ ਭਾਈ ਮਨ ਨੂੰ ਫਿਰ ਪਰਮੇਸ਼ਰ ਦੀ ਯਾਦ ਆਉਂਦੀ ਹੈ ਅਕਸਰ ਸੰਸਾਰ ਵਿੱਚ ਵੇਖਿਆ ਹੈ ਜਿਆਦਾ ਸੁੱਖ ਤੇ ਜਿਆਦਾ ਜਿਹੜੇ ਦੁੱਖ ਨੇ ਇਹ ਵੀ ਕੰਨਿਆਂ ਨੂੰ ਪਰਮੇਸ਼ਰ ਨਾਲੋਂ ਤੋੜ ਦਿੰਦੇ ਨੇ ਖਾਸ ਕਰਕੇ ਸੁੱਖ ਤੇ ਮਹਾਰਾਜ ਨੇ ਬਚਨ ਕੀਤੇ ਐ ਕਿ ਇਹ ਭਾਈ ਹਰ ਤਰ੍ਹਾਂ ਦੀ ਸੁੱਖ ਸਹੂਲਤ ਦੇ ਕੇ ਇਨਸਾਨ ਤੈਨੂੰ ਮੈਂ ਸੰਸਾਰ ਤੇ ਭੇਜਿਆ ਜੇ ਫਿਰ ਵੀ ਕਿਤੇ ਜਿਆਦਾ ਸੁੱਖਾਂ ਵਿੱਚ ਪੈ ਕੇ ਤੂੰ ਮੈਨੂੰ ਭੁੱਲੇਂਗਾ ਤਾਂ ਤੈਨੂੰ ਮੇਰੀ ਯਾਦ ਕਰਾਉਣ ਵਾਸਤੇ ਸਮੇਂ-ਸਮੇਂ ਤੇ ਦੁੱਖ ਵੀ ਤਿਆਰ ਨੇ ਆਖੋ ਸਤਨਾਮ ਵਾਹਿਗੁਰੂ ਜ਼ਿਆਦਾਤਰ ਜਿਹੜੇ ਦੁੱਖ ਨੇ ਗੁਰਮਖੋ ਰੋਗ ਨੇ ਕਸ਼ਟ ਕਲੇਸ਼ ਨੇ ਗੁਰਬਾਣੀ ਨੇ ਫੈਸਲਾ ਦਿੱਤਾ ਹੈ ਇਹ ਆਉਂਦੇ ਹੀ ਤਾਂ ਨੇ ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲਦੇ ਹਾਂ ਹਰ ਬੰਦਾ ਚਾਹੁੰਦਾ ਮੇਰੇ ਕੋਲ ਸੁੱਖ ਹੋਣ ਤੇ ਸੁੱਖਾਂ ਦੇ ਵਾਸਤੇ ਮਹਾਰਾਜ ਕਹਿੰਦੇ ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈ ਹੈ ਕਿ ਜੇ ਭਾਈ ਤੂੰ ਸੁੱਖ ਚਾਹਨਾ ਤਾਂ ਸਾਰੇ ਸੁੱਖਾਂ ਦਾ ਮਾਲਕ ਦਾਤਾ ਜਿਹੜਾ ਤੈਨੂੰ ਸੁੱਖ ਦੇ ਸਕੇ ਇੱਕ ਪਰਮੇਸ਼ਰ ਹੀ ਐ ਸੱਚਾ ਗੁਰੂ ਹੈ ਇੱਥੇ ਦਾਤਾ ਸ਼ਬਦ ਵਰਤਿਆ ਦਾਤਾ ਉਹ ਹੁੰਦਾ ਹੈ ਜਿਹੜਾ ਲੋੜਵੰਦਾਂ ਦੀਆਂ ਝੋਲੀਆਂ ਭਰੇ ਆਪਾਂ ਕਹਿੰਦੇ ਆ ਫਲਾਣਾ ਤੇ ਦਾਤਾ ਹੀ ਐ ਮਾਲਕ ਹੋਣਾ ਹੋਰ ਗੱਲ ਐ ਮਾਲਕ ਜ਼ਮੀਨ ਜਾਇਦਾਦ ਦੇ ਪੈਸੇ ਦੇ ਬਹੁਤ ਨੇ ਪਰ ਜਦੋਂ ਕੋਈ ਬੰਦਾ ਕਿਸੇ ਦੇ ਦੁੱਖ ਵਿੱਚ ਖੜ ਨਹੀਂ ਸਕਦਾ ਉਹਦਾ ਕੀ ਫਾਇਦਾ ਗੁਰਮੁਖ ਮਾਲਕ ਹੋਰ ਐ ਦਾਤਾ ਹੋਣਾ ਗੱਲ ਹੋ ਰਹੀ ਹੈ ਇੱਥੇ ਦਾਤਾ ਸ਼ਬਦ ਵਰਤੇ ਆ ਕਹਿੰਦੇ ਨੇ ਸਾਰਿਆਂ ਸੁੱਖਾਂ ਦਾ ਦਾਤਾ ਵਾਹਿਗੁਰੂ ਆਪ ਇਹਦੀ ਸ਼ਰਨ ਵਿੱਚ ਆ ਜਾ ਸੇਵਾ ਸਿਮਰਨ ਨੂੰ ਸ਼ੁਰੂ ਕਰ ਦੇ ਜੋ ਵੀ ਚਾਹਣਾ ਤੈਨੂੰ ਮਿਲੇਗਾ ਤੇ ਕਈ ਵਾਰੀ ਸਾਡੇ ਮਨ 'ਚ ਸਵਾਲ ਹੁੰਦਾ ਹੈ ਕਿ ਕੀ ਪਤਾ ਮਿਲੂ ਜਾਂ ਨਹੀਂ ਤਾਂ ਉਹਦੇ ਵਾਸਤੇ ਇਤਿਹਾਸ ਪੜ੍ਹ ਕੇ ਦੇਖੋ ਜਦੋਂ ਤੋਂ ਸ੍ਰਿਸ਼ਟੀ ਸਾਜੀ ਉਦੋਂ ਤੋਂ ਲਾ ਕੇ ਹੁਣ ਤੱਕ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਸਮੇਂ ਹਰ ਯੁਗ ਵਿੱਚ ਜਿਹੜੇ ਵੀ ਪਰਮਾਤਮਾ ਦੀ ਭਗਤੀ ਕਰਨ ਲੱਗੇ ਉਹਨਾਂ ਦੀ ਪੈਜ ਮਾਲਕ ਨੇ ਜ਼ਰੂਰ ਰੱਖੀ ਹੈ ਸਤਜੁਗ ਦੇ ਵਿੱਚ ਪ੍ਰਹਿਲਾਦ ਭਗਤ ਜੀ ਹੋਏ ਹਾਲਾਂਕਿ ਵੱਧ ਸੁੱਖ ਸਹੂਲਤਾਂ ਰਾਜ ਭਾਗ ਹਰਨਕਸ਼ ਕੋਲੇ ਸੀ ਪਰ ਉਹਦੀ ਕਦਰ ਨਹੀਂ ਪਈ ਸਤਕਾਰ ਨਹੀਂ ਹੋਇਆ ਸਤਕਾਰ ਪ੍ਰਹਿਲਾਦ ਜੀ ਦਾ ਹੋਇਆ ਕਿਉਂ ਭਜਨ ਕਰਨ ਲੱਗੇ ਹਰਨਾਕਸ਼ ਕਹਿੰਦਾ ਸੀ ਮੈਂ ਤੈਨੂੰ ਮਾਰ ਦੇਵਾਂਗਾ ਕਦੇ ਪਹਾੜਾਂ ਤੋਂ ਸਿੱਟਿਆ ਪਾਣੀ ਚ ਡੋਬਿਆ ਅੱਗ ਵਿੱਚ ਸਾੜਨ ਦਾ ਯਤਨ ਕੀਤਾ ਪਰ ਪ੍ਰਹਿਲਾਦ ਬਚ ਜਾਂਦੇ ਸਗੋਂ ਪਰਮੇਸ਼ਰ ਨੂੰ ਨਰਸਿੰਘ ਰੂਪ ਪ੍ਰਗਟ ਹੋ ਕੇ ਹਰਨਾਕਸ਼ ਮਾਰਨਾ ਪਿਆ ਆਖੋ ਸਤਨਾਮ ਵਾਹਿਗੁਰੂ ਲਾਜ ਰੱਖੀ ਪ੍ਰਹਿਲਾਦ ਦੀ ਗੁਰੂ ਤ੍ਰੇਤਾ ਯੁੱਗ ਆਇਆ त्रेते युग ਵਿੱਚ ਸੁਖ ਸੁਹੂਲ ਤ ਸ਼ਕਤੀ ਸੈਨਾ 라वण ਕੋਲੇ ਜਿਆਦਾ ਸੀ ਪਰ 라वण ਨੂੰ ਗੁਰਮਖੋ ਮਾਰਨਾ ਪਿਆ ਤੇ ਰਾਮ ਜੀ ਨੇ ਲੱਜਾ ਰੱਖੀ ਜਿਹੜੇ ਸ਼ਰਦਾ ਵਾਲੇ ਸੀ ਭੀਲਣੀ ਦਾ ਵੀ ਜ਼ਿਕਰ ਆਉਂਦਾ ਹੈ ਹੋਰ ਵੀ ਰਾਮ ਜੀ ਦੇ ਅਨੇਕਾਂ ਭਗਤਾਂ ਦਾ ਜ਼ਿਕਰ ਆਉਂਦਾ ਜਿਨ੍ਹਾਂ ਦੀ ਉਹਨਾਂ ਨੇ ਇਲਾਜ ਰੱਖੀ। ਦੁਆਪਰ ਯੁੱਗ ਆਇਆ। ਸ੍ਰੀ ਕ੍ਰਿਸ਼ਨ ਜੀ ਅਵਤਾਰ ਆਏ। ਸੈਨਾ ਸੁੱਖ ਸਹੂਲਤ ਮਾਇਆ ਕੰਸ ਕੋਲੇ ਜ਼ਿਆਦਾ ਸੀ। ਪਰ ਕੰਸ ਨੂੰ ਮਾਰਨਾ ਪੈ ਗਿਆ ਗੁਰਮੁਖ। ਉਹਨੂੰ ਦੈਂਤ ਦੁਸ਼ਟ ਆਖਿਆ। ਸ੍ਰੀ ਕ੍ਰਿਸ਼ਨ ਜੀ ਦੀ ਸੋਭਾ ਹੋਈ। ਤੇ ਕ੍ਰਿਸ਼ਨ ਜੀ ਨੇ ਵੀ ਦੁਰਜੋਧਨ ਵਰਗਿਆਂ ਨੂੰ ਛੱਡ ਕੇ ਆਪਣੇ ਭਗਤ ਬਿਦਰ ਦਾ ਮਾਨ ਵਧਾਇਆ ਆਖੋ ਸਤਨਾਮ ਵਾਹਿਗੁਰੂ ਕਲਯੁਗ ਵਿੱਚ ਕਲਯੁਗ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਆਏ ਤਾਂ ਗੁਰਮੁਖ ਪਿਆਰਿਓ ਬਾਬਰ ਕੋਲੇ ਸੁੱਖ ਸਹੂਲਤਾਂ ਬਹੁਤ ਸੀ ਮਲਕ ਭਾਗੋ ਕੋਲੇ ਬਹੁਤ ਕੋਸ਼ ਸੀ ਸਰ ਗੁਰੂ ਨਾਨਕ ਨੇ ਲਾਜ ਰੱਖੀ ਮਾਨ ਵਧਾਇਆ ਆਪਣੇ ਪਿਆਰੇ ਸਿੱਖ ਭਾਈ ਲਾਲੋ ਜੀ ਦਾ ਆਖੋ ਸਤਨਾਮ ਵਾਹਿਗੁਰੂ ਮਲਕ ਭਾਗੋ ਦੇ ਪੂੜੇ ਛੱਡ ਕੇ ਭਾਈ ਲਾਲੋ ਦੇ ਕਰ ਰਹੇ ਮਹਾਰਾਜ ਗੁਰੂ ਅਰਜਨ ਦੇ ਮਹਾਰਾਜ ਵੇੜੇ ਅਮੀਰ ਬਥੇਰੇ ਲੋਕ ਸੀ ਪਰ ਜਿਹੜੇ ਭਾਈ ਨਾਮ ਜਪਣ ਦੇ ਸੀ ਭਜਨ ਕਰਦੇ ਸੀ ਉਹਨਾਂ ਦੀ ਸਤਗੁਰ ਨੇ ਲੱਜਾ ਰੱਖੀ ਮਾਣ ਵੀ ਵਧਾਇਆ ਹੁਣ ਤੱਕ ਇਸੇ ਗੱਲ ਦੀ ਇਤਿਹਾਸ ਗਵਾਹੀ ਭਰਦਾ ਹੈ ਕਿ ਜਿਹੜੇ ਸਤਗੁਰੂ ਦੀ ਸ਼ਰਨ ਵਿੱਚ ਆ ਗਏ ਉਹਨਾਂ ਦੀ ਤਾਂ ਰਹਗੀ ਭਾਈ ਲਾਜ ਤੇ ਜਿਹੜੇ ਸਤਗੁਰੂ ਦੇ ਸ਼ਰਨ ਨਹੀਂ ਆਏ ਸਗੋਂ ਗੁਰੂਆਂ ਦਾ ਵੀ ਵਿਰੋਧ ਕੀਤਾ ਬੁਰਾ ਮਨਾਇਆ ਤੇ ਉਹਨਾਂ ਦੀ ਅੱਜ ਨਾ ਕਿਤੇ ਕੋਈ ਯਾਦ ਮਨਾਉਂਦਾ ਨਾ ਹੀ ਕੋਈ ਕਿਤੇ ਕੋਈ ਸਤਕਾਰ ਕਰਦਾ ਆਖੋ ਸਤਨਾਮ ਵਾਹਿਗੁਰੂ ਆਪਾਂ ਵੀ ਜੇ ਚਾਹੁੰਨੇ ਆ ਨਾ ਕਿ ਸਾਡੀ ਲੱਜਾ ਰਹਿ ਜੇ ਤੱਕ ਵੀਰ ਜੀ ਮਹਾਰਾਜ ਦੇ ਪਾਵਨ ਬਚਨਾਂ ਨੂੰ ਯਾਦ ਕਰਨਾ ਜੋ ਆਪਾਂ ਹੁਣੇ-ਹੁਣੇ ਪੜ੍ਹੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ 1375 ਅੰਗ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵਚਨ ਦਰਜ ਨੇ ਇਹ ਬੇਨਤੀ ਕਰਨ ਦਾ ਤਰੀਕਾ ਗੁਰੂ ਸ਼ਰਨ ਵਿੱਚ ਆ ਕੇ ਕੀ ਕਹਿਣਾ ਹੈ ਕਿ ਹੇ ਮਾਲਕਾ ਨਾ ਤਾਂ ਇਹ ਸਰੀਰੀ ਮੇਰਾ ਹੈ ਨਾ ਹੀ ਇਹ ਸਵਾਸ ਮੇਰੇ ਨੇ ਜਿਹੜੀ ਬਲ ਬੁੱਧ ਸੁਰਤ ਐ ਇਹ ਵੀ ਮੇਰੀ ਨਹੀਂ ਇਹ ਸਭ ਤੇਰੀ ਕਿਰਪਾ ਆਖੋ ਸਤਨਾਮ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ ਤੈਂ ਇਹ ਚੀਜ਼ਾਂ ਦਿੱਤੀਆਂ ਜੇ ਤੂੰ ਲੈ ਵੀ ਜਾਵੇਂ ਮੇਰਾ ਕੁਛ ਨਹੀਂ ਜਾਂਦਾ ਤੇ ਆਪਾਂ ਨੂੰ ਵੀ ਸਮਝਾਇਆ ਬੰਦਿਆ ਹੰਕਾਰ ਨਾ ਕਰ ਹੋਮੈ ਤੋਂ ਬਚ ਕੇ ਰਹਿ ਮੇਰੀ ਮੇਰੀ ਛੱਡ ਮਾਲਕ ਦੇ ਗੁਣ ਗਾਇਆ ਕਰ ਜੇ ਮਾਲਕ ਦੀ ਵਡਿਆਈ ਕਰੇਗਾ ਉਹ ਗੁਣ ਉਹਦੇ ਗਾਏਗਾ ਤੇ ਉਹ ਗੁਣ ਤੇਰੇ ਵਿੱਚ ਵੀ ਪ੍ਰਗਟ ਹੋ ਜਾਣਗੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾਰ ਮਿਟ ਗਿਆ ਜਤ ਦੇਖੋ ਤਤ ਤੂੰ ਜਦੋਂ ਆਪਣਾ ਤੇ ਪਰਾਇਆ ਖਤਮ ਹੋ ਗਿਆ ਉਦੋਂ ਜਿੱਥੇ ਵੀ ਦੇਖਾਂਗੇ ਪਰਮੇਸ਼ਰ ਦਿਸੂਗਾ ਪਰ ਹਜੇ ਸਾਨੂੰ ਭਾਈ ਆਪਣਾ ਤੇ ਬਗਾਨਾ ਦਿਖਦਾ ਆਖੋ ਸਤਨਾਮ ਜਿਨ੍ਹਾਂ ਨੂੰ ਨਹੀਂ ਦਿਖਿਆ ਭਾਈ ਕਨਈਆ ਜੀ ਵਰਗੇ ਸਿੱਖ ਜੰਗਾ ਜੁੱਧਾਂ ਦੇ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਟੜਾਂ ਨੂੰ ਪਾਣੀ ਪਿਆਉਣਾ ਤੇ ਭਾਈ ਕਨਈਆ ਜੀ ਜਲ ਦੀ ਮਸ਼ਕ ਭਰੀ ਹੋਈ ਜਿੱਧਰੋਂ ਵੀ ਆਵਾਜ਼ ਆਵੇ ਹਾਏ ਪਾਣੀ ਉਧਰ ਜਾਇਆ ਕਰਨ ਭਰ-ਭਰ ਕੇ ਬੁੱਕ ਪਾਣੀ ਪਿਉਂਦੇ ਐ ਤੇ ਵਿੱਚੋਂ ਹੀ ਸਿੱਖਾਂ ਨੇ ਸ਼ਿਕਾਇਤ ਕੀਤੀ ਸਤਗੁਰ ਆਪਣੇ ਵਿਰੋਧੀ ਆਪਾਂ ਨੂੰ ਮਾਰਨ ਆਪਏ ਅਸੀਂ ਆਪਣੀ ਰੱਖਿਆ ਵਾਸਤੇ ਉਹਨਾਂ ਨਾਲ ਜੰਗ ਯੁੱਧ ਕਰ ਰਹੇ ਹਾਂ ਪਰ ਮਸਾਂ ਮਸਾਂ ਉਹਨਾਂ ਨੂੰ ਫੱਟੜ ਕਰਕੇ ਧਰਤੀ ਤੇ ਸਿੱਟੀਦਾ ਤੇ ਸਾਡੇ ਵਿੱਚ ਹੀ ਇੱਕ ਸਿੱਖਿਆ ਇਹ ਹੁਜਾ ਹੈ ਜਿਹੜਾ ਉਹਨਾਂ ਨੂੰ ਪਾਣੀ ਪਿਆ ਪਿਆ ਕੇ ਫੇਰ ਸਾਡੇ ਨਾਲ ਲੜਨ ਨੂੰ ਤਿਆਰ ਕਰੀ ਜਾਂਦਾ ਹੈ ਮਹਾਰਾਜ ਕਹਿੰਦੇ ਬਿਲਾਓ ਕਲੰਗੀ ਧਰਮਸ਼ੇਸ਼ ਪਿਤਾ ਜੀ ਨੇ ਉਹਨੂੰ ਬੁਲਾਇਆ ਤੇ ਕਹਿਣ ਲੱਗੇ ਭਾਈ ਕਨਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ ਮਹਾਰਾਜ ਦੱਸੋ ਤਾਂ ਸਤਗੁਰ ਕਲੰਗੀ ਧਰ ਸੈਨਸਾ ਕਹਿੰਦੇ ਆ ਸਿੱਖ ਕਹਿੰਦੇ ਨੇ ਕਿ ਅਸੀਂ ਦੁਸ਼ਮਣਾਂ ਨੂੰ ਮਸਾ ਮਾਰ ਕੇ ਧਰਤੀ ਤੇ ਸਿੱਟਦੇ ਆ ਤੁਸੀਂ ਉਹਨਾਂ ਨੂੰ ਫੇਰ ਪਾਣੀ ਪਿਆ ਕੇ ਲੜਨ ਲਈ ਤਿਆਰ ਕਰਦੇ ਹੋ ਭਾਈ ਕਨਈਆ ਜੀ ਨੇ ਹੱਥ ਬੰਨ੍ਹ ਲੇ ਬੇਨਤੀ ਕੀਤੀ ਕਹਿੰਦਾ ਮਹਾਰਾਜ ਪਹਿਲੀ ਤਾਂ ਬੇਨਤੀ ਇਹ ਐ ਕਿ ਤੁਸੀਂ ਮੇਰੀ ਡਿਊਟੀ ਮੈਦਾਨੇ ਜੰਗ ਵਿੱਚ ਫਟੜਾ ਨੂੰ ਪਾਣੀ ਪਿਉਉਣ ਦੀ ਲਈ ਐ ਤੁਸੀਂ ਇਹ ਤਾਂ ਨਹੀਂ ਸਿੱਕਿਆ ਵੀ ਕੱਲੇ ਸਿੱਖਾਂ ਨੂੰ ਹੀ ਪਿਉਣਾ ਹੈ ਅਗਲੀ ਗੱਲ ਜਿੱਧਰੋਂ ਵੀ ਆਵਾਜ਼ ਆਉਂਦੀ ਐ ਹਾਏ ਪਾਣੀ ਜਦੋਂ ਮੈਂ ਉਧਰ ਨੂੰ ਤੱਕਦਾ ਨਾਹੀਂ ਤਾਂ ਮੈਨੂੰ ਕੋਈ ਸਿੱਖ ਦੀਂਦਾ ਤੇ ਨਾਹੀਂ ਮੈਨੂੰ ਕੋਈ ਮੁਗਲ ਦੀਂਦਾ ਮਹਾਰਾਜ ਕਹਿੰਦੇ ਹੋਰ ਕੀ ਦਿਖਦਾ ਹੈ ਕਹਿੰਦਾ ਜੀ ਜਦੋਂ ਮੈਂ ਉਧਰ ਤੱਕਦਾ ਮੈਨੂੰ ਤਾਂ ਤੁਹਾਡਾ ਹੀ ਰੂਪ ਦਿਦਾ ਤੁਸੀਂ ਮੰਗੋ ਪਾਣੀ ਤੇ ਮੈਂ ਨਾ ਪਿਆ ਮਾ ਇਹ ਤਾਂ ਹੋ ਨਹੀਂ ਸਕਦਾ ਸਤਗੁਰ ਨਾਲੇ ਤਾਂ ਹੱਸ ਪੇ ਨਾਲੇ ਭਾਈ ਕਨ੍ਹਈਆ ਜੀ ਨੂੰ ਗਲਵਕੜੀ ਪਾ ਕੇ ਕਹਿੰਦੇ ਭਾਈ ਸਾਹਿਬ ਜੀ ਜੇ ਇਹ ਅਵਸਥਾ ਬਣ ਚੁੱਕੀ ਐ ਫਿਰ ਤੁਹਾਨੂੰ ਰੋਕਦੇ ਨਹੀਂ ਆ ਲਓ ਜਿੱਥੇ ਪਾਣੀ ਪਿਉਨੇ ਹੋ ਮਲਮ ਪੱਟੀਆਂ ਵੀ ਲੈ ਜਾਓ ਹੁਣ ਮਲਮ ਪੱਟੀ ਵੀ ਨਾਲ ਹੀ ਕਰੀ ਚੱਲੋ ਆਖੋ ਸਤਨਾਮ ਵਾਹਿਗੁਰੂ ਜਿਨ੍ਹਾਂ ਦੀ ਅਵਸਥਾ ਬਣ ਗਈ ਗੁਰਮੁਖ ਉਹਨਾਂ ਨੂੰ ਪਾਸ਼ਾ ਨੇ ਰੋਕਿਆ ਨਹੀਂ ਸਗੋਂ ਖੁੱਲ੍ਹ ਕਰਤੀ ਹੋਰ ਵੀ ਤੇ ਜਿਨ੍ਹਾਂ ਦੀ ਅਵਸਥਾ ਹੀ ਨਹੀਂ ਬਣੀ ਉਹਨਾਂ ਨੂੰ ਖੁੱਲ ਦੇ ਕੇ ਤਾਂ ਫਿਰ ਕੌਮ ਦਾ ਨੁਕਸਾਨ ਹੀ ਕਰਾਉਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਦੀ ਅਵਸਥਾ ਨਹੀਂ ਬਣੀ ਉਹਨਾਂ ਨੂੰ ਨਹੀਂ ਮਹਾਰਾਜ ਨੇ ਖੁੱਲ ਦਿੱਤੀ ਜਿਹਦੀ ਅਵਸਥਾ ਬਣ ਗਈ ਉਹਨੂੰ ਕਹਿੰਦੇ ਪਾਣੀ ਵੀ ਪਿਆਈ ਚੱਲ ਲੈ ਫਿਰ ਪੱਟੀ ਵੀ ਕਰੀ ਚੱਲਿਆ ਕਰਨ ਨਾਲ ਹੋਰ ਖਜ਼ਾਨੇ ਖੋਲ ਤੇ ਸਕੋ ਇਹ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾਰ ਮਿਟ ਗਿਆ ਜਤ ਦੇਖੋ ਤਤ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਚੌਂਦਾ ਜੁੱਧ ਕੀਤੇ ਐ ਪਰ ਕੋਈ ਚਾ ਨਹੀਂ ਸੀ ਲੜਨ ਦਾ ਗੁਰਮੁਖੋ ਜਦੋਂ ਕੋਈ ਸਾਡੀਆਂ ਇੱਜ਼ਤਾਂ ਨੂੰ ਹੱਥ ਪਾਵੇ ਨਾਮ ਜਪਦਿਆਂ ਸਿਮਰਨ ਕਰਦਿਆਂ ਨੂੰ ਹੀ ਚ ਰਸਤੇ 'ਚ ਬਿਠਾ ਕੇ ਕਤਲ ਕਰੇ ਫਿਰ ਕਿੰਨਾ ਕਚੁਰ ਚੁੱਪ ਬੈਠਾਂਗੇ ਆਪਾਂ ਮਹਾਰਾਜ ਜੀ ਨੇ ਜੰਗ-ਯੁੱਧ ਕੀਤੇ ਜ਼ਰੂਰ ਪਰ ਜਦੋਂ ਵੀ ਕਿਸੇ ਨਾਲ ਯੁੱਧ ਹੁੰਦਾ ਸੀ ਨਾ ਪਾਤਸ਼ਾਹੇ ਕਹਿੰਦੇ ਹੁੰਦੇ ਸੇ ਵਾਹਿਗੁਰੂ ਨਰ ਵਿੱਚ ਹਰ ਹੈ ਹਰ ਵਿੱਚ ਨਰ ਹੈ ਸਾਰੇ ਪਾਸੇ ਜੋਤ ਤਾਂ ਤੇਰੀ ਹੋਈ ਹੈ ਪਰ ਐਸ ਵੇਲੇ ਮੇਰੇ ਸਾਹਮਣੇ ਹੰਕਾਰ ਹੈ ਆਖੋ ਸਤਨਾਮ ਵਾਹਿਗੁਰੂ ਤੇ ਹੰਕਾਰ ਨੂੰ ਤਾਂ ਮਾਰ ਹੀ ਪਈ ਗੁਰਮ ਕੋ ਹਰ ਜੂ ਹੰਕਾਰ ਨਾ ਭਾਵਈ ਬੇਦਕੂਕ ਸੁਣਾਵੇ ਬਾਣੀ ਵਿੱਚ ਵੀ ਮਹਾਰਾਜ ਨੇ ਲਿਖਤਾ ਚਾਰੇ ਵੇਦਾਂ ਨੂੰ ਵੀ ਪੜ ਲਓ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ ਕਹਿੰਦੇ ਹੁੰਦੇ ਮਾਲਕਾ ਹੁਣ ਮੇਰੇ ਮੂਹਰੇ ਹੰਕਾਰ ਦਾ ਬੁੱਤ ਕੜਾ ਫਿਰ ਕਰੀਏ ਤਾਂ ਕੀ ਕਰੀਏ ਪਰ ਫਿਰ ਵੀ ਭਾਈ ਆਪਾਂ ਗੁਰੂ ਦੇ ਸਿੱਖ ਬੈਠੇ ਆਂ ਐਸਾ ਸੁਭਾਅ ਬਣਾਓ ਜੇ ਸ਼ਾਂਤੀ ਚਾਹੁੰਦੇ ਹੋ ਨਾ ਕਿ ਸਭ ਪਰਮੇਸ਼ਰ ਦੇ ਜੀਵ ਨੇ ਜਿੰਨੀ ਹੋ ਸਕੇ ਨਿਮਰਤਾ ਰੱਖੋ ਭਾਈ ਕਿਉਂਕਿ ਜਿਹੜੇ ਫਲ ਨੇ ਇਹ ਨੀਵੇਂ ਰੁੱਖਾਂ ਨੂੰ ਹੀ ਲੱਗਦੇ ਆ ਅਸੀਂ ਕਈ ਵਾਰੀ ਮਾਣ ਕਰ ਜਾਂਦੇ ਆ ਮੇਰੇ ਵਰਗਾ ਕੌਣ ਹੈ ਪਰ ਪਾਤਸ਼ਾਹ ਕਹਿੰਦੇ ਨੇ ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਬਾਸ ਕਹਿੰਦੇ ਆਪਣਾ ਉੱਚਾ ਟਿਕਾਣਾ ਦੇਖ ਕੇ ਮਹਿਲ ਮਾੜੀਆਂ ਦੇਖ ਕੇ ਹੰਕਾਰ ਨਾ ਕਰ ਲਈ ਕਿਤੇ ਸਭ ਕੁਝ ਮਿਲ ਗਿਆ ਤਾਂ ਇਹ ਵੀ ਯਾਦ ਰੱਖੀਂ ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ ਠੀਕ ਹੈ ਮਾਲਕ ਨੇ ਸੁੱਖ ਦਿੱਤੇ ਘਰ-ਬਾਰ ਮੋਟਰ ਗੱਡੀਆਂ ਮਹਿਲ ਮਕਾਨ ਦਿੱਤੇ ਨੇ ਸੋਹਣੇ ਪਰ ਇੱਕ ਦਿਨ ਮੇਰਾ ਟਿਕਾਣਾ ਮੇਰਾ ਆਸਣ ਉੱਥੇ ਹੋਣਾ ਹੈ ਸ਼ਮਸ਼ਾਨ ਘਾਟ ਵਿੱਚ ਜਿੱਥੇ ਪਤਾ ਹੀ ਨਹੀਂ ਕਿੰਨਿਆਂ ਕਦਾ ਸੰਸਕਾਰ ਹੋ ਚੁੱਕਿਆ ਤੇ ਏਸੀ ਦੇਹੀ ਹੋ ਮਿੱਟੀ ਚ ਮਿਲ ਜੂਗੀ ਤੇ ਜ਼ਿਆਦਾਤਰ ਤੁਸੀਂ ਦੇਖ ਲਿਓ ਸ਼ਮਸ਼ਾਨ ਘਾਟ ਵਿੱਚ ਘਾਹ ਹੀ ਉੱਗਿਆ ਹੁੰਦਾ ਹੈ ਇਹ ਤਾਂ ਲਿਖਿਆ ਹੈ ਆਜ ਕਾਲ ਭੋਏ ਲੇਟਣਾ ਉੱਪਰ ਜਾਮੈਂ ਘਾਸ ਅੱਗੇ ਕਹਿੰਦੇ ਨੇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਕਹਿੰਦੇ ਹੰਕਾਰ ਨਾ ਕਰ ਜੇ ਸੋਹਣਾ ਸੁੰਦਰ ਸਰੀਰ ਬਣਿਆ ਹੈ ਨਾ ਮਾਲਕ ਨੇ ਦਿੱਤਾ ਸ਼ੁਕਰਾਨਾ ਕਰਿਆ ਕਰ ਹਉਮੈ ਨਾ ਕਰ ਬੈਠੀ ਆਪ ਤੋਂ ਨੀਵੇਂ ਦਾ ਮਜ਼ਾਕ ਨਾ ਉਡਾਈ ਉਹ ਤੋਂ ਨਫ਼ਰਤ ਨਾ ਕਰੀ ਕਿਉਂਕਿ ਤੇਰੇ ਸਰੀਰ ਨੇ ਵੀ ਸਦਾ ਨਹੀਂ ਰਹਿਣਾ ਇਹ ਜੀਵਾਤਮਾ ਜਿਹੜੀ ਸਾਡੇ ਵਿੱਚ ਇਨੇ ਇਸ ਸਰੀਰ ਨੂੰ ਛੱਡ ਕੇ ਜਾਣਾ ਹੈ ਕਿਵੇਂ ਜਿਵੇਂ ਸੱਪ ਹੈ ਨਾ ਸੱਪ ਆਪਣੀ ਕੁੰਜਪੂਰੀ ਦੀ ਪੂਰੀ ਸਿਰ ਤੋਂ ਲਾ ਕੇ ਪੂਸ ਤੱਕ ਲਾ ਜਾਂਦਾ ਹੈ ਇਸੇ ਤਰ੍ਹਾਂ ਜੀਵਾਤਮਾ ਭਾਈ ਆ ਸਰੀਰ ਰੂਪੀ ਢਾਂਚੇ ਨੂੰ ਛੱਡ ਕੇ ਵਿੱਚੋਂ ਨਿਕਲ ਜਾਣੀ ਆ ਆਖੋ ਸਤਨਾਮ ਕਬੀਰ ਗਰਵ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜਿਉ ਕੰਚੁਰੀ ਭੁਯੰਗ ਭੁਯੰਗ ਨਾਮ ਹੈ ਸੱਪ ਦਾ ਜਿਵੇਂ ਸੱਪ ਕੁੰਝ ਲਾ ਜਾਂਦਾ ਇੱਕ ਦਿਨ ਤੈਂ ਵੀ ਜਾਣੇ ਛੱਡ ਕੇ ਕਬੀਰ ਗਰਵ ਨਾ ਕੀਜੀ ਐ ਰੰਕ ਨਾ ਹੱਸੀ ਐ ਕੋਈ ਕਹਿੰਦੇ ਹੰਕਾਰ ਨਾ ਕਰੀ ਕਿਸੇ ਆਪ ਤੋਂ ਨੀਵੇਂ ਨੂੰ ਕੰਗਾਲ ਨੂੰ ਵੇਖ ਕੇ ਹੱਸੀ ਨਾ ਕਿਉਂ ਭਲਾ ਅਜੋ ਸੁਨਾਓ ਸਮੁੰਦਰ ਮਹਿ ਕਹਿੰਦੇ ਅਜੇ ਤਾਂ ਤੇਰੀ ਵੀ ਬੇੜੀ ਸਮੁੰਦਰ ਵਿੱਚ ਹੀ ਐ ਕਿਆ ਜਾਨੋ ਕਿਆ ਹੋਏ ਕੀ ਪਤਾ ਕੱਲ ਨੂੰ ਕੀ ਹੋਣਾ ਹੈ ਹਮੈ ਨਾ ਕਰ ਨਿਮਰਤਾ ਵਿੱਚ ਰਹਿ ਜੋ ਮਿਲ ਗਿਆ ਮਾਲਕ ਦਾ ਸ਼ੁਕਰਾਨਾ ਕਰ ਜੋ ਨਹੀਂ ਮਿਲਿਆ ਤਾਂ ਵੀ ਮਾਲਕ ਦੇ ਨਾਲ ਬਰਾਬਰੀ ਜਾਂ ਰੋਸ ਨਹੀਂ ਚੱਲਣਾ ਉਦੋਂ ਕਹਿ ਮਾਲਕਾ ਏ ਵੀ ਤੇਰੀ ਰਜਾ ਐ ਆਖੋ ਸਤਨਾਮ ਵਾਹਿਗੁਰੂ ਭਾਣੇ ਚ ਰਹਿਣਾ ਸਤਗੁਰੂ ਜੀ ਨੇ ਸਿਖਾਇਆ ਐ ਆ ਦੇਖੋ ਜਿਹੜੇ ਦਿਨ ਚੱਲ ਰਹੇ ਐ ਪਹਿਲਾਂ ਤਾਂ ਗੁਰੂ ਪਰਵਾਰ ਦੇ ਸ਼ਹੀਦੀ ਦਿਹਾੜੇ ਆਪਾਂ ਮਨਾ ਕੇ ਹਟੇ ਆ ਵੱਡੇ ਛੋਟੇ ਸਾਬਜਾਦਿਆਂ ਦੀਆਂ ਸ਼ਹੀਦੀਆਂ ਧੰਨ ਮਾਤਾ ਗੁਰਕੌਰ ਜੀ ਦੀ ਸ਼ਹੀਦੀ ਦਸੰਬਰ ਦਾ ਮਹੀਨਾ ਸਾਰਾ ਸ਼ਹੀਦੀ ਦਿਹਾੜਿਆਂ ਦਾ ਲੰਘਿਆ ਇਹ ਉਦੋਂ ਪਹਿਲਾ ਨਵੰਬਰ ਦੇ ਮਹੀਨੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰਮੁਖੀ ਤੇ ਕਮਾਲ ਦੀ ਗੱਲ ਇਹ ਵੇਖੋ ਜਦੋਂ ਹੀ ਨਵਾਂ ਸਾਲ ਸ਼ੁਰੂ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਚੱਲ ਪਈਆਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੁੱਖ ਸੁੱਖ ਦੋਨੋਂ ਸਮ ਕਰ ਜਾਨੈ ਔਰ ਮਾਨ અપਮਾਨਾ ਕਹਿੰਦੇ ਦੁੱਖ ਵੀ ਸੁੱਖ ਵੀ ਸਿੱਖਾ ਬਰਾਬਰ ਸਮਝੀ ਸਾਲ ਦੀ ਸ਼ੁਰੂਆਤ ਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਤੇ ਸਾਲ ਦੀ ਸਮਾਪਤੀ ਗੁਰੂ ਪਰਵਾਰ ਦੇ ਸ਼ਹੀਦੀ ਦਿਹਾੜਿਆਂ ਨਾਲ ਆਇਆ ਖੋ ਸਤਨਾਮ ਵਾਹਿਗੁਰੂ ਤੇ ਜੇ ਸਾਰੀ ਜ਼ਿੰਦਗੀ ਵੀ ਆਪਾਂ ਪੜ ਕੇ ਦੇਖੀ ਹੈ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਂ ਗੁਰੂ ਨਾਨਕ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਹੁਣ ਤੱਕ ਦਾ ਇਤਿਹਾਸ ਪੜੋ ਜਿਹੜੇ ਤਾਂ ਭਾਈ ਨਿਮਰਤਾ ਨਾਲ ਬਚਨ ਕਮਾ ਗਏ ਮਾਲਕ ਦਾ ਉਹ ਤਾਂ ਤਰ ਗਏ ਤੇ ਜਿਨ੍ਹਾਂ ਨੇ ਬਚਨ ਨਹੀਂ ਮੰਨੇ ਉਹਨਾਂ ਨੂੰ ਫਿਰ ਮਾਰ ਪਈ ਅੱਖੋ ਸਤਨਾਮ ਵਾਹਿਗੁਰੂ ਇੱਥੋਂ ਫਿਰ ਇੱਕ ਗੱਲ ਸਿੱਧੀ ਸਮਝ ਲਿਓ ਆਪਾਂ ਗੁਰੂ ਸਾਹਿਬ ਦੇ ਚਰਨਾਂ ਚਾਏ ਆ ਨਾ ਮੱਥਾ ਵੀ ਟੇਕੀਦਾ ਹੈ ਜਿਹੇ ਜੀ ਸਰਦ ਹੈ ਕੋਈ 10 ਕੋਈ 50 ਕੋਈ 100 ਕੋਈ 1000 ਰੁਪਇਆ ਮਾਇਆ ਵੀ ਚੜਾਉਨੇ ਆ ਜਿਹੇ ਜੀ ਸਰਦ ਹੈ ਦੇਗਾਂ ਵੀ ਕਰਵਾਈ ਦੀਆਂ ਕੋਈ ਰੁਮਾਲਾ ਸਾਹਿਬ ਲੈ ਕੇ ਆ ਰਿਹਾ ਕੋਈ ਕੰਬਲ ਲੈ ਕੇ ਆ ਰਿਹਾ ਕਿਥੇ ਦੀ ਸਰਦਾ ਗਰਮੀਆਂ ਚ ਏਸੀ ਲਾ ਰਿਹਾ ਗੁਰੂ ਸਾਹਿਬ ਵਾਸਤੇ ਠੀਕ ਹੈ ਜਿੰਨਾ ਹੋ ਜੇ ਪੁੰਨ ਦਾਨ ਵੱਧ ਤੋਂ ਵੱਧ ਕਰੋ ਸਿਣੀ ਕਹਿੰਦੇ ਨਾ ਕਰੋ ਚੜਾਓ ਚੜਾਵੇ ਪਰ ਜਿਹਨੂੰ ਚੜਾਵਾ ਚੜਾ ਰਿਹਾ ਹੈ ਜਿਹਨੂੰ ਮੱਥਾ ਟੇਕ ਰਿਹਾ ਹੈ ਕਦੇ ਉਹਦੇ ਕੋਲ ਬਹਿ ਕੇ ਗੱਲ ਵੀ ਸੁਣ ਕੇ ਦੇਖ ਵੀ ਉਹ ਕਹਿ ਕੀ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲਾਂ ਸ਼ਰਧਾ ਨਾਲ ਸੁਣੋ ਤੇ ਸੁਣ ਕੇ ਮੰਨੋ ਆਪਣਾ ਭਲਾ ਤਾਂ ਹੋਊਗਾ ਭਾਈ ਤੇ ਜੇ ਕਹੀਏ ਵੀ ਨਾ ਤਾਂ ਬਾਣੀ ਪੜ੍ਹਨੀ ਐ ਨਾ ਸੁਣਨੀ ਐ ਨਹੀਂ ਕੋਈ ਗੁਰਮਤ ਅਨਸਾਰ ਕਾਰਜ ਕਰਨਾ ਚਾਹੇ ਸਾਰੀ ਜ਼ਿੰਦਗੀ ਤੂੰ ਗੁਰੂ ਦੇ ਨਾਲ ਵੀ ਕਿਉਂ ਨਾ ਰਹਿ ਜਾਏ ਤਾਂ ਪਿਆਰਿਆ ਕਿਤੇ ਨਾ ਕਿਤੇ ਫਿਰ ਮਾੜੇ ਕਰਮ ਜ਼ਰੂਰ ਭਾਰੂ ਪਹਿਣਗੇ ਆਖੋ ਸਤਨਾਮ ਇਹ ਠੀਕ ਹੈ ਕਿ ਜਿਹੜਾ ਵੀ ਮਾਲਕ ਦੇ ਨੇੜੇ ਰਹੂਗਾ ਸ਼ੁਭ ਕਰਮ ਕਰੇ ਨਾ ਕਰੇ ਕਿਤੇ ਨਾ ਕਿਤੇ ਜਾ ਕੇ ਉਹਦਾ ਭਲਾ ਤਾਂ ਭਾਈ ਜ਼ਰੂਰ ਹੋਣਾ ਇਹ ਵੀ ਚਿੱਤੇ ਰੱਖੇ ਜਿਹੜਾ ਵੀ ਮਾਲਕ ਦੇ ਨੇੜੇ ਰਹਿੰਦਾ ਹੈ ਕਿਤੇ ਨਾ ਕਿਤੇ ਜਾ ਕੇ ਫਿਰ ਵੀ ਮਾਲਕ ਨੂੰ ਸ਼ਰਮ ਆਉਂਦੀ ਹੈ ਵੀ ਇਹ ਮੇਰਾ ਹੈ ਪਰ ਜੇ ਤਾਂ ਬਚਨ ਕਮਾ ਲੋਂ ਸਰਦਾ ਨਾਲ ਫਿਰ ਤਾਂ ਹੋਊਗੀ ਪੂਜਾ ਤੁਹਾਡੀ ਵੀ ਤੇ ਜੇ ਆਪਾਂ ਬਚਨ ਨਾ ਕਮਾਏ ਫਿਰ ਗੁਰਮਖੋ ਨਾਲ ਰਹਿ ਕੇ ਵੀ ਉਹਨਾਂ ਸਤਕਾਰ ਨਹੀਂ ਹੋਣਾ ਜਿਹੜਾ ਹੋਣਾ ਚਾਹੀਦਾ ਇਸ ਕਰਕੇ ਸਤਿਗੁਰੂ ਨੇ ਗੁਣਾਂ ਦੇ ਖਜ਼ਾਨੇ ਆਪਾਂ ਇਹਨਾਂ ਵਿੱਚੋਂ ਗੁਣ ਲਈਏ ਇੱਕ ਇੱਕ ਔਗਣ ਛੱਡਦੇ ਜਾਓ ਇੱਕ ਇੱਕ ਗੁਣ ਆਪਣੀ ਜ਼ਿੰਦਗੀ ਚ ਧਾਰਨ ਕਰੋ ਤਾਂ ਇੱਕ ਦਿਨ ਤੁਸੀਂ ਵੀ ਗੁਣਾਂ ਦੇ ਖਜ਼ਾਨੇ ਬਣ ਜਾਓਗੇ ਇਹੀ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਭਾਈ ਤੇ ਜਿਨ੍ਹਾਂ ਨੇ ਬਚਨ ਮੰਨ ਲਏ ਉਹਨਾਂ ਦਾ ਤਾਂ ਹੋਇਆ ਵੇੜਾ ਪਾਰ ਤੇ ਜਿਹੜੇ ਬਚਨ ਗੁਰੂਆਂ ਦੇ ਨਹੀਂ ਮੰਨੇ ਕੱਲੇ ਆਪਣਾ ਹੀ ਮੂੰਹ ਮੋਖ ਰੱਖ ਲਿਆ ਵੀ ਜੋ ਮੈਨੂੰ ਠੀਕ ਲੱਗਦਾ ਉਹ ਹੀ ਠੀਕ ਹੈ ਉਹਨਾਂ ਨੂੰ ਫਿਰ ਸਿਆਣੇ ਵਿਦਵਾਨਾਂ ਨੇ ਮੂਰਖ ਆਖਿਆ ਤੇ ਉਹ ਜ਼ਿਆਦਾਤਰ ਡੁੱਬੇ ਹੀ ਐ ਆਖੋ ਸਤਨਾਮ ਵਾਹਿਗੁਰੂ ਇਸੇ ਕਰਕੇ ਮਹਾਰਾਜ ਸਮਝਾਉਂਦੇ ਨੇ ਭਾਈ ਜਿਨ੍ਹਾਂ ਸੁਣਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋ ਗਏ ਜਿੰਨਾ ਸੁਣਿਆ ਅਮਲ ਕੀਤਾ ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋ ਗਏ ਮੰਨ ਕੇ ਉਹਨਾਂ ਦੇ ਬੇੜੇ ਨਾਮ ਦੇ ਬੇੜੇ ਪਾਰ ਹੋ ਗਏ ਸੋ ਨਾਮ ਤੇਰਾ ਸੋ ਵਾਹ ਸੋ ਨਾਮ ਤੇਰਾ ਸੋ ਵਾਹ ਜਿਨਾਂ ਨੇ ਤੈਨੂੰ ਪਾ ਲਿਆ ਨਾਮ ਦੇ ਬੇੜੇ ਪਾਰ ਹੋ ਗਏ ਸੋ ਨਾਮ ਤੇਰਾ ਸੋ ਵਾਹ ਸੋ ਨਾਮ ਤੇਰਾ ਸੋ ਵਾਹ ਤਿਆਰ ਹੋ ਓ ਉਹਨਾਂ ਦੇ ਬੇੜੇ ਪਾਰ ਹੋ ਜਿੰਨਾ ਸੁਨੇ ਆ ਅਮਲ ਕੀਤਾ ਮਨ ਕੇ ਜਿੰਨਾ ਸੁਨੇ ਆ ਅਮਲ ਕੀਤਾ ਮਨ ਕੇ ਦੇ ਬੇੜੇ ਜਿਨ੍ਹਾਂ ਨੇ ਸੁਨਿਆ ਸੁਣ ਕੇ ਮੰਨਿਆ ਉਹਨਾਂ ਦਾ ਹੀ ਬੇੜਾ ਪਾਰ ਹੁੰਦਾ ਹੈ ਗੁਰ ਇਤਿਹਾਸ ਵਿੱਚ ਇੱਕ ਸਿੱਖ ਆਇਆ ਹੈ ਜਿਹਦਾ ਨਾਮ ਹੈ ਭਾਈ ਕੀਰਤ ਸਿੰਘ ਗੁਰਮੁਖ ਚਮਕੌਰ ਸਾਹਿਬ ਜਦੋਂ ਜਾਣਿਓ ਨਾ ਦਰਸ਼ਨ ਕਰਨ ਉੱਥੇ ਜਿਹੜੇ 40 ਸਿੰਘ ਸ਼ਹੀਦ ਹੋਏ ਉਹਨਾਂ ਵਿੱਚ ਭਾਈ ਕੀਰਤ ਸਿੰਘ ਵੀ ਸ਼ਹੀਦ ਹੋਇਆ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੱਕਾ ਸ਼ਰਧਾਲੂ ਸੀ। ਇਹਦਾ ਨਾਮ ਸੀ ਪਹਿਲਾਂ ਕੀਰਤੀਆ ਗੁਰਮੁਖ, ਭਾਈ ਕੀਰਤੀਆ। ਬਾਅਦ ਵਿੱਚ ਅੰਮ੍ਰਿਤ ਛੱਕ ਕੇ ਕੀਰਤ ਸਿੰਘ ਸਜਿਆ ਸੀ। ਐਡਾ ਭਰੋਸਾ ਬਣਿਆ ਗੁਰੂ ਦੀ ਖਾਤਰ ساری ਜ਼ਿੰਦਗੀ ਸੇਵਾ ਚਲਾਈ, ਨਿਸ਼ਕਾਮ ਫਰੀ ਸੇਵਾ। ਤੇ ਅੰਤ ਤੱਕ ਗੁਰੂ ਸਾਹਿਬ ਦੇ ਨਾਲ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਆਇਆ ਸੀ ਜਿਨ੍ਹਾਂ ਦੁੱਖ ਸੁੱਖ ਭੁੱਖ ਤਖਲੀਪਾਂ ਸਾਰੇ ਕੱਟੇ ਤੇ ਚਮਕੌਰ ਸਾਹਿਬ ਆਖਰ ਨੂੰ ਸ਼ਹੀਦੀ ਪਾਈਏ ਨੇ ਅਰ ਪਤਾ ਇੰਨਾ ਪੱਕਾ ਕਿਉਂ ਸਿੱਖ ਬਣਿਆ ਇਹਨੂੰ ਪਤਾ ਲੱਗ ਗਿਆ ਸੀ ਜ਼ਿੰਦਗੀ ਦਾ ਵੀ ਜ਼ਿੰਦਗੀ ਕੀ ਆ ਆਖੋ ਸਤਨਾਮ ਵਾਹਿਗੁਰੂ ਆਪਾਂ ਨੂੰ ਪਤਾ ਨਹੀਂ ਗੁਰਮਖੋ ਕੋਈ ਵਿਰਲਾ ਹੈ ਜੀਨੇ ਮੇਰੇ ਮਾਲਕ ਦੇ ਬਚਨ ਸੁਣ ਲਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰ ਸ਼ਬਦੀ ਰੰਗ ਮੰਨ ਕਹਿੰਦੇ ਉਹ ਮਨਾ ਪ੍ਰਮਾਤਮਾ ਹਰਜੀ ਵਾਹਿਗੁਰੂ ਤਾਂ ਸਦਾ ਤੇਰੇ ਨਾਲ ਹੈ ਬਸ ਗੁਰੂ ਦੇ ਸ਼ਬਦਾਂ ਨੂੰ ਸੁਣ ਕੇ ਮੰਨੀ ਚੱਲ અમર ਹੋ જૈંગા ਤੇ ਜਿਹੜੇ ਨਹੀਂ ਮੰਨੇ ਉਹਨਾਂ ਦੇ ਹਾਲਾਤ ਵੀ ਸੁਣ ਲਓ ਭਾਈ ਕੀਰਤੀ ਆ ਜਿਹਦਾ ਜ਼ਿਕਰ ਕਰ ਰਿਹਾ ਇਹਦੇ ਪਿਓ ਦਾਦੇ ਗੁਰੂ ਨਾਨਕ ਦੇ ਦਰ ਘਰ ਦੀ ਸੇਵਾ ਕਰਦੇ ਹੁੰਦੇ ਇਹ ਕਥਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਨਾ ਮੈਂ ਵੀ ਵਿੱਚੋਂ ਹੀ ਆ ਆਪਾਂ ਇਹਨੂੰ ਪੜ੍ਹਨਾ ਤੁਸੀਂ ਸੁਣਨਾ ਤੇ ਆਪਣੇ ਆਪ ਤੇ ਵਿਚਾਰ ਕਰਨੀ ਹੈ ਵੀ ਕਿਤੇ ਇਹ ਔਗਣ ਸਾਡੇ ਵਿੱਚ ਤਾਂ ਨਹੀਂ ਕਿਉਂਕਿ ਸਿੱਖ ਤਾਂ ਆਪਾਂ ਸਾਰੇ ਹੀ ਆ ਕੋਈ ਲੰਗਰ ਦੀ ਸੇਵਾ ਕਰਦਾ ਹੈ ਕੋਈ ਬਾਣੀ ਪੜ੍ਹਦਾ ਹੈ ਕੋਈ ਕੀਰਤਨ ਕਰਦਾ ਹੈ ਕੋਈ ਝਾੜੂ ਲਾ ਰਿਹਾ ਹੈ ਹੈ ਤਾਂ ਸਾਰੇ ਸੇਵਕੀਆਂ ਭਾਈ ਗੁਰੂ ਘਰ ਦੇ ਪਰ ਗੁਰੂ ਮਹਾਰਾਜ ਦਾ ਸਿੱਖ ਖਾਣ ਦਾ ਹੱਕਦਾਰ ਉਹ ਹੈ ਜਿਹੜਾ ਆਪਣੇ ਗੁਰੂ ਦੀ ਸਿੱਖਿਆ ਅਨੁਸਾਰ ਚੱਲਦਾ ਹੈ ਤੇ ਗੁਰੂ ਦੀ ਸਿੱਖਿਆ ਇਹ ਹੈ ਅੰਮ੍ਰਿਤ ਵੇਲੇ ਉਠੋ ਇਸ਼ਨਾਨ ਕਰੋ ਇਸ਼ਨਾਨ ਕਰਕੇ ਬਾਣੀ ਪੜ੍ਹ ਨਿਤਨੇਮ ਕਰ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਜਿਹੜੀਆਂ ਜੇ ਕਿਤੇ ਪ੍ਰੇਮ ਨਾਲ ਇਹਦੀ ਸਮਝ ਪੈ ਜੇ ਨਾ ਸਵੇਰੇ ਸਵੇਰੀ ਸਾਰੀ ਹੋਮੈ ਕੱਢ ਦਿੰਦੀਆਂ ਆਖੋ ਸਤਨਾਮ ਕਿਹੜੀ ਗੱਲ ਐ ਜਿਹੜੀ ਨਿਤਨੇਮ ਚ ਨਹੀਂ ਹੈਗੀ ਗੁਰੂ ਜੀਬਾ ਨੂੰ ਵੀ ਦੱਸਿਆ ਐ ਇਹ ਰਸਨਾ ਤੂੰ ਅਨਰਸ ਰਾਤ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਏ ਜੀਬਾ ਤੈਨੂੰ ਨਾਮ ਜਪਣ ਵਾਸਤੇ ਲਾਇਆ ਇਸ ਸਰੀਰ ਦੇ ਨਾਲ ਤੇ ਜੀਬਾ ਪੈ ਗਈ ਰਸਾਂ ਕਸਾਂ ਦੇ ਵਿੱਚ ਗੁਰੂਮ ਜਿੰਨਾ ਚਿਰ ਨਾਮ ਰੂਪੀ ਰਸਨੀ ਪੀ ਲੈਂਦੀ ਉਹਨਾਂ ਚਿਰ ਜੀਬਾ ਤੇਰੀ ਪਿਆਸ 부ਜਣੀ ਹੋਈ ਨਹੀਂ ਹੈ ਅੱਖਾਂ ਨੂੰ ਵੀ ਦੱਸਿਆ ਇਹ ਨੇਤਰ ਹੋ ਮੇਰੇ ਹੋ ਹਰ ਬਿਨ ਅਵਰ ਨਾ ਦੇਖੋ ਕੋਈ ਇਹ ਮੇਰੀ ਅੱਖੋ ਆ ਜਿਹੜਾ ਸੰਸਾਰ ਹੈ ਇਹ ਪਰਮੇਸ਼ਰ ਦਾ ਹੀ ਰੂਪ ਹੈ ਆਪਾਂ ਤਾਂ ਦੇਖਦੇ ਆ ਕੱਲੇ ਦੁਸ਼ਮਣ ਜ਼ਹਿਰ ਗੁਰੂ ਾਰੇ ਸੰਸਾਰ ਤਾਂ ਪ੍ਰਮਾਤਮਾ ਦਾ ਰੂਪ ਐ ਜਿੱਥੇ ਵੀ ਵੇਖੋ ਪਰਮੇਸ਼ਰ ਨੂੰ ਹੀ ਵੇਖੋ ਪਰਮੇਸ਼ਰ ਦੇ ਜੀਵ ਨੇ ਸਾਰੇ ਭਲਾ ਹੋ ਜੂ ਕੰਨਾਂ ਨੂੰ ਵੀ ਦੱਸਿਆ ਇਹ ਸਰਵਣੋ ਮੇਰਿਓ ਸਾਚੈ ਸੁਨਣੈ ਨੋ ਪਠਾਏ ਸਾਚੈ ਸੁਨਣੈ ਨੋ ਪਠਾਏ ਸਰੀਰ ਲਾਏ ਸੁਣਹੁ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੰਮਣ ਇਹ ਕੰਨੋਂ ਤੁਹਾਨੂੰ ਨਿੰਦਾ ਚੁਗਲੀ ਸੁਣਨ ਨੂੰ ਨਹੀਂ ਲਾਇਆ ਸੁਣਿਆ ਕਰੋ ਸੱਚੀ ਬਾਣੀ ਜਿਨ੍ਹਾਂ ਨੇ ਸੁਣ ਲਈ ਉਹਨਾਂ ਦਾ ਤਨ ਵੀ ਤੇ ਮਨ ਵੀ ਹਰਿਆ ਭਰਿਆ ਰਿਹਾ ਆਖੋ ਸਤਨਾਮ ਵਾਹਿਗੁਰੂ ਉਹ ਤਾਂ ਰਸ ਨਾਲ ਭਰ ਗਏ ਸੱਚ ਸਮਾ ਗਏ ਹੁਣ ਜਿਹੜੇ ਤਾਂ ਸੁਣਨ ਭਾਈ ਮਨ ਲੈਣ ਉਹ ਸਤਕਾਰ ਦੇ ਪਾਤਰ ਤੇ ਕਈ ਉਹ ਵੀ ਆ ਜਿਹੜੇ ਪੜੀ ਵੀ ਜਾਂਦੇ ਐ ਸੁਣੀ ਵੀ ਜਾਂਦੇ ਐ ਪਰ ਵੇਖਦੇ ਨਹੀਂ ਵੀ ਅਸੀਂ ਕਰ ਕੀ ਰਹੇ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਕੀਰਤ ਸਿੰਘ ਦਾ ਨਾਮ ਸੀ ਪਹਿਲਾਂ ਭਾਈ ਕੀਰਤੀ ਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚੌਰ ਸਾਹਿਬ ਕਰਦਾ ਹੁੰਦਾ ਗੁਰੂ ਤੇ ਚੌਰ ਸਾਹਿਬ ਹਰੇਕ ਤਾਂ ਨਹੀਂ ਕਰਦਾ ਤੁਹਾਨੂੰ ਪਤਾ ਕੋਈ ਨੇੜਤਾ ਵਾਲਾ ਪਿਆਰਾ ਸਿੱਖੀ ਕਰਦਾ ਜਿਹੜਾ ਹਜ਼ੂਰੀ ਚ ਗੋਦ ਚ ਬਹਿ ਸਕਦਾ ਹੋਵੇ ਚੌਰ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਫੜਾਇਆ ਸੀ ਸਭ ਤੋਂ ਪਹਿਲਾਂ ਤੇ ਅੰਮ੍ਰਿਤਸਰ ਸਾਹਿਬ ਤੁਸੀਂ ਜਾਣਦੇ ਹੋ ਦਰਸ਼ਨ ਕਰਨ ਉੱਥੇ ਹੁਣ ਵੀ ਇਹ ਮਰਿਆਦਾ ਹੈ ਕਿ ਚੌਰ ਸਾਹਿਬ ਦੀ ਸੇਵਾ ਗੁਰੂ ਗ੍ਰੰਥ ਸਾਹਿਬ ਨੂੰ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਹੋਈ ਕਰ ਸਕਦਾ ਕੋਈ ਜਿੰਨਾ ਮਰਜੀ ਵੱਡਾ ਲੀਡਰ ਚੱਲ ਜੇ ਹਾਲਾਂਕਿ ਆਪਾਂ ਜਥੇਦਾਰ ਥਾਪ ਕੇ ਭੇਜਿਆ ਹੈ ਨਾ ਉੱਥੇ ਜਥੇਦਾਰ ਵੀ ਹਰ ਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਚੋਰ ਨਹੀਂ ਕਰ ਸਕਦਾ ਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਸੀ ਤੁਸੀਂ ਚੋਰ ਸਾਹਿਬ ਫੜੋ ਤੇ ਹੁਣ ਤੱਕ ਹਰ ਮੰਦਰ ਸਾਹਿਬ ਦਾ ਹੈਡ ਗ੍ਰੰਥੀ ਚੋਰ ਕਰ ਸਕਦਾ ਨੇੜ ਤੇ ਸਿੱਖ ਜਿਹੜੇ ਗੋਦ ਚ ਬਹਿਣ ਵਾਲੇ ਭਾਈ ਕੀਰਤੀਆ ਗੁਰੂ ਗੋਬਿੰਦ ਸਿੰਘ ਨੂੰ ਚੋਰ ਸਾਹਿਬ ਦੀ ਸੇਵਾ ਕਰਦਾ ਹੁੰਦਾ ਤੇ ਆਨੰਦਪੁਰ ਸਾਹਿਬ ਇੱਕ ਵਾਰੀ ਨਾ ਮਦਾਰੀ ਆ ਗਿਆ ਗੁਰਮੁਖ ਉਹਦੇ ਕੋਲੇ ਰਿਛ ਭਾਲੂ ਕਹਿ ਲੋ ਰਿਛ ਕਹਿ ਲੋ ਤੇ ਨਕ ਚ ਨੱਥ ਪਾਈ ਹੋਈ ਸਤਗੁਰ ਕੋਲੇ ਆ ਗਿਆ ਆ ਕੇ ਕਹਿੰਦਾ ਪਾਸ਼ਾ ਸੰਗਤ ਬਹੁਤ ਹੈ ਤੁਹਾਡੇ ਦਰਬਾਰ ਵਿੱਚ ਤੇ ਜੇ ਆਗਿਆ ਦੇ ਦੋ ਮੈਂ ਰਿਛ ਦਾ ਨਾਚ ਦਿਖਾ ਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਠੀਕ ਹੈ ਭਾਈ ਦਿਖਾ ਲੋ ਅਸੀਂ ਵੀ ਦੇਖਾਂਗੇ ਸਿੰਘੋ ਐ ਕਰੋ ਖੁੱਲੇ ਮੈਦਾਨ ਚ ਲਾਓ ਆਸਣ ਸਿੰਘਾਂ ਨੇ ਆਸਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੁੱਲੇ ਮੈਦਾਨ ਚ ਲਾਤਾ ਸੰਗਤ ਸਾਰੀ ਐ ਗੋਲ ਚੱਕਰ ਬਣਾ ਕੇ ਬਹਿ ਗਈ ਆਲੇ ਦੁਆਲੇ ਮੇਰੇ ਸਤਿਗੁਰ ਕਹਿੰਦੇ ਲੈ ਵੀ ਦਿਖਾ ਅਜ ਤਮਾਸ਼ਾ ਖੇਡ ਦੇਖਾਂਗੇ ਹਾਲਾਂਕਿ ਪਹਿਲਾਂ ਸੰਸਾਰੀ ਖੇਡਾਂ ਤੋਂ ਵਰਜਿਤ ਕਰਦੇ ਰਹਿੰਦੇ ਅੱਜ ਕਹਿੰਦੇ ਵੇਖਾਂਗੇ ਮੈਂ ਹੂੰ ਪਰਮਪੁਰਖ ਕੋ ਦਾਸਾ ਵੇਖਣ ਆਇਓ ਜਗਤ ਤਮਾਸ਼ਾ ਵੈਸੇ ਤਾਂ ਸਾਰਾ ਸੰਸਾਰ ਹੀ ਤਮਾਸ਼ਾ ਹੈ ਆ ਬੰਦਰਾਂ ਦਾ ਇੱਛਾਂ ਦਾ ਨਾਚਤਾ ਦੇਖਦੇ ਖਾ ਆਪਾਂ ਬੜੇ ਹੱਸਦੇ ਆ ਪਰ ਆਪਣੇ ਵੱਲ ਵੀ ਦੇਖਿਓ ਗੁਰੂ ਰਵਦਾਸ ਮਹਾਰਾਜ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖਿਆ ਦੇਖਿਆ ਸੁਣਾ ਬੋਲਾ ਦੌਰਿਓ ਫਿਰਦਾ ਹੈ ਕਹਿੰਦੇ ਦੂਜਿਆਂ ਦਾ ਨਾਚ ਦੇਖ ਕੇ ਹੱਸਦਾ ਕਦੇ ਆਪਦੇ ਆਪ ਵੱਲ ਵੀ ਦੇਖ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਫਿਰਦਾ ਹੈ ਦੇਖਦਾ ਵੀ ਹੈ ਸਭ ਕੁਝ ਸੁਣਦਾ ਵੀ ਹੈ ਬੋਲਦਾ ਵੀ ਹੈ ਫਿਰ ਵੀ ਕਮਲਿਆ ਵਾਂਗੂ ਦਿਨ ਰਾਤ ਭੱਜੇ ਹੀ ਫਿਰਦਾ ਭਜਨ ਨਹੀਂ ਕਰਦਾ ਆਖੋ ਸਤਨਾਮ ਵਾਹਿਗੁਰੂ ਆਪਾਂ ਨੂੰ ਵੀ ਸਮਝਾਇਆ ਹੈ ਮਹਾਰਾਜ ਕਹਿੰਦੇ ਸਾਰਾ ਸੰਸਾਰ ਤਮਾਸ਼ਾ ਪਰ ਅੱਜ ਰਿਛ ਦਾ ਤਮਾਸ਼ਾ ਜ਼ਰੂਰ ਦੇਖਣਾ ਹੈ ਬਹਿ ਗਏ ਸਾਰੀ ਸੰਗਤ ਬਹਿ ਗਈ ਤੇ ਜਿਹੜਾ ਉਹ ਕਲੰਦਰ ਸੀ ਮਦਾਰੀ ਸੀ ਉਹਦੇ ਕੋਲੇ ਡੌਰੂ ਸੀ ਡੁਗਡੁਗੀ ਵਜਾਉਂਦਾ ਤੇ ਰਿਛ ਸੀ ਜਿਹੜਾ ਖੜਾ ਹੋ ਹੋ ਨੱਚੇ ਪਿਛਲੀਆਂ ਲੱਤਾਂ ਤੇ ਜਿਵੇਂ ਜਿਵੇਂ ਉਹ ਡੁਗਡੁਗੀ ਵਜਾਵੇ ਰਿਛ ਨੱਚੇ ਸਾਰੀ ਚੱਕਰ ਵਿੱਚ ਐ ਲੰਬਾ ਰੱਸਾ ਉਹਨੇ ਗਲ 'ਚ ਪਾਇਆ ਹੋਇਆ ਮਦਾਰੀ ਨੇ ਢਿੱਲਾ ਛੱਡਤਾ ਰਿਛ ਸਾਰੀ ਸੰਗਤ ਮੂਰ ਦੀ ਨੱਚਦਾ ਨੱਚਦਾ ਆਇਆ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਸਣ ਲੱਗਿਆ ਸੀ ਨਾ ਮੂਰੇ ਪੈ ਕੇ ਗੁਰਮਖੋ ਮੱਥਾ ਟੇਕਿਆ ਨਾਲੇ ਤਾਂ ਰਿਛ ਨੇ ਟੇਕਿਆ ਮੱਥਾ ਨਾਲੇ ਮਨ ਹੀ ਮਨ ਮੇਰੇ ਸਤਗੁਰੂ ਮੂਰੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਬਖਸ਼ ਗੁਨਾਈਆਂ ਨੂੰ ਤੈਨੂੰ ਬਖਸ਼ਨ ਹਾਰਾ ਕਹਿੰਦੇ ਸਾਨੂੰ ਬਖਸ਼ ਗੁਨਾਈਆਂ ਨੂੰ ਤੈਨੂੰ ਬਖਸ਼ਨ ਹਾਰਾ ਕਹਿੰਦੇ ਤੈਨੂੰ ਬਖਸ਼ਨ ਹਾਰਾ ਬਖਸ਼ਨ ਹਾਰਾ ਬਖਸ਼ਨ ਹਾਰਾ ਬਖਸ਼ਨ ਹਾਰਾ ਬਖਸ਼ਣ ਹਾਰਾ ਕਹਿੰਦੇ ਬਖਸ਼ਣ ਹਾਰਾ ਕਹਿੰਦੇ ਤੈਨੂੰ ਬਖਸ਼ਣ ਹਾਰਾ ਕਹਿੰਦੇ ਤੈਨੂੰ ਬਖਸ਼ਣ ਹਾਰਾ ਕਹਿੰਦੇ ਸਾਨੂੰ ਬਖਸ਼ ਗੁਨਾਹਿਆਂ ਨੂੰ ਤੈਨੂੰ ਬਖਸ਼ਨਹਾਰਾ ਕਹਿੰਦੇ ਸਾਨੂੰ ਬਖਸ਼ ਗੁਨਾਹਿਆਂ ਨੂੰ ਤੈਨੂੰ ਬਖਸ਼ਨਹਾਰਾ ਕਹਿੰਦੇ ਤੈਨੂੰ ਬਖਸ਼ਨਹਾਰਾ ਕੋ ਸਾਨੂੰ ਬਖਸ਼ ਗੁਨਾਹਿਆਂ ਨੂੰ ਤੈਨੂੰ ਬਖਸ਼ਨਹਾਰਾ ਕਹਿੰਦੇ ਸਾਨੂੰ ਬਖਸ਼ ਇਸ ਤਰ੍ਹਾਂ ਗੁਰਮੁਖ ਪਿਆਰਿਓ ਬੇਨਤੀ ਕੀਤੀ ਮਾਲਕ ਦੇ ਚਰਨਾਂ ਚ ਮਨ ਹੀ ਮਨ ਮੇਰੇ ਸਤਿਗੁਰ ਨੇ ਵੀ ਰਿਛਵਲ ਤੱਕਿਆ ਇਨੇ ਨੂੰ ਮਦਾਰੀ ਨੇ ਫੇਰ ਰੱਸਾ ਖਿੱਚਿਆ ਡੁਗਡਗੀ ਵਜਾਈ ਤੇ ਉੱਠ ਕੇ ਰਿਛ ਨੱਚਣ ਲੱਗ ਗਿਆ ਗੁਰੂ ਸਾਰੀ ਸੰਗਤ ਹੱਸੀ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚੋਰ ਸਾਹਿਬ ਕਰਦਾ ਸੀ ਭਾਈ ਕੀਰਤੀਆ ਉਹ ਵੀ ਹੱਸ ਪਿਆ ਗੁਰਮਖੋ ਮੇਰੇ ਸਤਗੁਰ ਕਹਿੰਦੇ ਕੀਰਤੀਆ ਗੁਰਮਖਾ ਤੈਨੂੰ ਨਹੀਂ ਹੱਸਣਾ ਚਾਹੀਦਾ ਹੱਸਣਾ ਉਹ ਚੁੱਪ ਕਰ ਗਿਆ ਗੁਰੂ ਫੇਰ ਰਿਛ ਨੱਚਦਾ ਨੱਚਦਾ ਆਇਆ ਸਾਰੀ ਸੰਗਤ ਮੂਹਰੇ ਨੱਚਦਾ ਜਦੋਂ ਮਹਾਰਾਜ ਦੇ ਸਾਹਮਣੇ ਆਇਆ ਫੇਰ ਮੱਥਾ ਟੇਕਿਆ ਉਹਨੇ ਮਹਾਰਾਜ ਨੇ ਰਿਛ ਵੱਲ ਤੱਕਿਆ ਡੁਗਡਗੀ ਫੇਰ ਮਦਾਰੀ ਨੇ ਵਜਾਈ ਖਿੱਚਿਆ ਰੱਸਾ ਤੇ ਨੱਚਣ ਲੱਗ ਪਿਆ ਸਾਰੀ ਸੰਗਤ ਇਹ ਵੇਖ ਕੇ ਫੇਰ ਉੱਚੀ ਉੱਚੀ ਹੱਸ ਪਈ ਤੇ ਉਹ ਚੋਰ ਕਰਨ ਨਾਲ ਆ ਭਾਈ ਕੀਰਤਿਆ ਵੀ ਹੱਸ ਪਿਆ ਗੁਰਮੁਖਾ ਪਾਤਸ਼ਾਹ ਫੇਰ ਉਹਦੇ ਵੱਲ ਤੱਕਦੇ ਨੇ ਕਹਿੰਦੇ ਕੀਰਤਿਆ ਗੁਰਮੁਖਾ ਮੈਂ ਤੈਨੂੰ ਕਿਹਾ ਵੀ ਤੂੰ ਨਾ ਹੱਸ ਕਹਿੰਦਾ ਸਤਿਵਚਨ ਜੀ ਫੇਰ ਚੋਰ ਸਾਹਿਬ ਕਰੀ ਗਿਆ ਕਰੀ ਗਿਆ ਰਿਛ ਨੱਚਦਾ ਨੱਚਦਾ ਤੀਜੀ ਵਾਰੀ ਫੇਰ ਆਇਆ ਗੁਰਮੁਖਾ ਜਦੋਂ ਸੰਗਤ ਮੂਰੇ ਨੱਚਦੇ ਨੱਚਦੇ ਨੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਆ ਕੇ ਫੇਰ ਲੰਬਾ ਪੈ ਕੇ ਮੱਥਾ ਟੇਕਿਆ ਨਾਲੇ ਮਹਾਰਾਜ ਵੱਲ ਤੱਕਿਆ ਸਤਿਗੁਰੂ ਨੇ ਰਿਛ ਵੱਲ ਤੱਕਿਆ ਸੰਗਤ ਫੇਰ ਅਸੀਂ ਤੇ ਉਹ ਭਾਈ ਕੀਰਤੀਆ ਫੇਰ ਹੱਸ ਪਿਆ ਚੌਰ ਸਾਹਿਬ ਕਰਨਾਲ ਮੇਰੇ ਮਹਾਰਾਜ ਥੋੜਾ ਜ੍ਹਾ ਫੇਰ ਰੋਚ ਬੋਲੇ ਕਹਿੰਦੇ ਭਾਈ ਕੀਰਤੀਆ ਜੀ ਕੀ ਗੱਲ ਐ ਹੁਣ ਉਹ ਅਸੀਂ ਕਹਿ ਰਹੇ ਆਂ ਵੀ ਤੂੰ ਨਾ ਹੱਸ। ਤੁਹਾਡਾ ਹੱਸਣਾ ਠੀਕ ਨਹੀਂ ਹੈ। ਫਿਰ ਉਹਨੇ ਬੇਨਤੀ ਕੀਤੀ ਚੌਰ ਸਾਹਿਬ ਤਾਂ ਦਿੱਤਾ ਰੱਖ। ਕਹਿੰਦਾ ਮਹਾਰਾਜ ਸਾਰੀ ਸੰਗਤ ਹੱਸਦੀ ਐ ਤੇ ਮੈਨੂੰ ਹੀ ਕਾਹ ਤੋਂ ਰੋਕਦੇ ਹੋ ਇਕੱਲੇ ਨੂੰ। ਮੈਂ ਵੀ ਹੱਸਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਤਾਂ ਰੋਕਦੇ ਆ ਕਿਉਂਕਿ ਜੀ ਨੂੰ ਨੱਚਦਾ ਦੇਖ ਕੇ ਤੂੰ ਹੱਸਦਾ ਹੈ ਨਾ ਇਹ ਤੇਰਾ ਪਿਤਾ ਹੀ ਆ ਆਖੋ ਸਤਨਾਮ ਵਾਹਿਗੁਰੂ ਬਸ ਫੇਰ ਕਿਹੜਾ ਚੋਰ ਹੋਣਾ ਸੀ ਤੁਹਾਨੂੰ ਪਤਾ ਸਿਆਣੇ ਬੈਠੇ ਹੋ ਮਹਾਰਾਜ ਦੇ ਕੋਲੇ ਆ ਗਿਆ ਗੁਰੂ ਸਾਹਿਬ ਨੂੰ ਕਹਿੰਦਾ ਜੀ ਮੈਨੂੰ ਇਹ ਗੱਲ ਸਮਝਾਓ ਸਤਗੁਰ ਕਹਿੰਦੇ ਵਸ ਇੱਕੋ ਹੀ ਦਸਤੀ ਵੀ ਜਿਹੜਾ ਇਹ ਨੱਚਦਾ ਫਿਰਦਾ ਹੈ ਨਾ ਇਹ ਸਰੀਰ ਰਿਸਦਾ ਹੈ ਪਰ ਇਹਦੇ ਅੰਦਰ ਜਿਹੜੀ ਆਤਮਾ ਹੈ ਉਹ ਤੇਰੇ ਪਿਤਾ ਦੀ ਹੈ ਇਹਦੇ ਪਿਤਾ ਦਾ ਨਾਮ ਸੋਭਾ ਦਾਸ ਲਿਖਿਆ ਹੈ ਕਈ ਇਤਿਹਾਸਕਾਰ ਗੁਰਦਾਸ ਜੀ ਵੀ ਲਿਖਦੇ ਨੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਵੇਲੇ ਦਾ ਸਿੱਖ ਸੀ ਗੁਰਮੁਖ ਜਦੋਂ ਭਾਈ ਕੀਰਤੀਏ ਨੇ ਪੁੱਛਿਆ ਵੀ ਮਹਾਰਾਜ ਮੇਰੇ ਪਿਤਾ ਨੇ ਤਾਂ ਸਾਰੀ ਜ਼ਿੰਦਗੀ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਗੁਜ਼ਾਰੀ ਹੈ ਉਹ ਤਾਂ ਮਹਾਰਾਜ ਦਾ ਸੇਵਾਦਾਰ ਸੀ ਪੱਕਾ ਸਾਰੀ ਉਮਰ ਸਾਡਾ ਪਰਿਵਾਰ ਗੁਰੂ ਚਰਨਾਂ ਚ ਹੀ ਰਿਹਾ ਹੈ ਮਹਾਰਾਜ ਕਹਿੰਦੇ ਰਹਿਣਾ ਗੱਲ ਹੋਰ ਹੁੰਦੀ ਹੈ ਸਿੱਖੀ ਸੇਵਕੀ ਕਮਾਉਣੀ ਇਹ ਗੱਲ ਹੋਰ ਹੈ ਆਖੋ ਸਤਨਾਮ ਵਾਹਿਗੁਰੂ ਦੇਖਣ ਨੂੰ ਤਾਂ ਗੁਰਮਖੋ ਸਾਰੀ ਸਿੱਖਾਂ ਪਰ ਸਿੱਖ ਤਾਂ ਵਿਰਲਾ-ਵਿਰਲਾ ਹੈ ਕੋਈ ਪਾਤਸ਼ਾਹ ਕਹਿੰਦੇ ਸਿੱਖੀ ਕਮਾਉਣੀ ਔਖੀ ਹੈ ਰਹਿਣ ਨੂੰ ਤਾਂ ਬੜੀ ਦੁਨੀਆ ਰਹਿੰਦੀ ਹੈ ਸੇਵਕ ਵੀ ਬਥੇਰੇ ਨੇ ਪਰ ਗੁਰੂ ਅਮਰਦਾਸ ਸਾਹਿਬ ਕਹਿਗੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇਹ ਤਾਂ ਨਹੀਂ ਕਿ ਆ ਵੀ ਸਾਰਿਆਂ ਦੀ ਸੇਵਾ ਸਫਲ ਹੈ ਸੇਵਾ ਹੈ ਕੀ ਸਫਲ ਅਰ ਨਾਲ ਸ਼ਰਤ ਰੱਖਤੀ ਵੀ ਜੇ ਕੋ ਕਰੈ ਚਿੱਤ ਲਾਏ ਜਿਹੜਾ ਆਪਣਾ ਚਿੱਤ ਮਨ ਲਾ ਕੇ ਸੇਵਾ ਕਰਦਾ ਉਹਦੀ ਸੇਵਾ ਸਫਲ ਹੈ ਤੇ ਆਪਾਂ ਕਹਿੰਦੇ ਆਂ ਵੀ ਸੇਵਾ ਕਰੋ ਤੁਹਾਡੇ ਮਨ ਦੀ ਭਾਵਨਾ ਪੂਰੀ ਹੋ ਜੂ ਭਲੇਖੇ ਚ ਨਾ ਰਹਿ ਜਿਓ ਗੁਰੂ ਅਮਰਦਾਸ ਉਹ ਵੀ ਵਚਨ ਕਹਿਗੇ ਕਹਿੰਦੇ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਿੱਖਾ ਹਉਮੈ ਕੱਢ ਦੇ ਤੇ ਇੱਥੇ ਮੈਨੂੰ ਮਾਫੀ ਦਿਓ ਤੁਹਾਨੂੰ ਤਾਂ ਕਾਹਨੂੰ ਕਹਿਣਾ ਹੈ ਆਪਦੇ ਆਪ ਤੇ ਕਹਿ ਲੈ ਜਿੰਨੀ ਕਿ ਸੇਵਾ ਜਾਦੇ ਉਨੀ ਹਉਮੈ ਵੀ ਵਧ ਹੀ ਜਾਂਦੀ ਹੈ ਮੇਰੇ ਵਰਗਾ ਕੌਣ ਹੈ ਇਹ ਹਉਮੈ ਨੇ ਸਾਨੂੰ ਮਾਰਿਆ ਗੁਰਮੁਖੋ ਕਿਤੇ ਨਾ ਕਿਤੇ ਬੁਰੇ ਭਲੇ ਦੀ ਪਛਾਣ ਵੀ ਕਰ ਲੈਣੀ ਚਾਹੀਦੀ ਹੈ ਮਹਾਰਾਜ ਕਹਿੰਦੇ ਹਉਮੈ ਜਾਵੇ ਵਿੱਚੋਂ ਤਾਂ ਮਨ ਦੀ ਭਾਵਨਾ ਪੂਰੀ ਹੋਊ ਜਿੱਥੇ ਹਉਮੈ ਹੈ ਉਹ ਤਾਂ ਮਾਲਕ ਨੂੰ ਭਾਉਂਦੇ ਹੀ ਨਹੀਂ ਭਾਵਨਾ ਤਾਂ ਕੀ ਪੂਰੀ ਹੋਣੀ ਐ ਪਹਿਲਾਂ ਹੀ ਬੇਨਤੀ ਕੀਤੀ ਐ ਹਮੈ ਨੂੰ ਤਾਂ ਮਾਰ ਹੀ ਪਈ ਮਾਲਕ ਨੂੰ ਹੰਕਾਰੀ ਬੰਦੇ ਮਾਰਨੇ ਪਏ ਗੁਰਮੁਖੋ ਹਾਲਾਂਕਿ ਰੱਬ ਨੇ ਸਭ ਜੀ ਪੈਦਾ ਕੀਤੇ ਭਾਈ ਕੀਰਤੀਆ ਕਹਿੰਦਾ ਸੱਚੇ ਪਾਤਸ਼ਾਹ ਜੇ ਸਿੱਖਾਂ ਨੂੰ ਐਂ ਭੈੜੀਆਂ ਭੈੜੀਆਂ ਜੂਨਾ ਮਰਨ ਲੱਗੀਆਂ ਫਿਰ ਤੁਹਾਡਾ ਸਿੱਖ ਬਣੂ ਕਿਹੜਾ ਮਹਾਰਾਜ ਫਿਰ ਕਹਿੰਦੇ ਕਰਮ ਦਾ ਫਲ ਹੈ ਬੜੀ ਦੁਨੀਆ ਮੱਥੇ ਟੇਕਦੀ ਹੈ ਪਰ ਆਸਾ ਦੀ ਵਾਰ ਵਿੱਚ ਬਚਨ ਆਉਂਦਾ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ ਬੜੀ ਦੁਨੀਆ ਕੋਈ ਰਾਗੀ ਰਾਗ ਗਾਵੇ ਕੋਈ ਨਾਦ ਨਾਦ ਵਜਾਵੇ ਸੰਗੀਤ ਸਾਜ਼ ਵਜਾਵੇ ਕੋਈ বেদ ਪੜ੍ਹੇ ਗਿਆਨੀ ਗਿਆਨ ਕੋਟੇ ਗਿਆਨ ਤੋਂ ਭਾਵ ਹੈ বেদ ਕੋਈ ਗਿਆਨ ਦੀਆਂ ਗੱਲਾਂ ਕਰੇ ਬੜੇ ਢੰਗ ਤਰੀਕੇ ਨਾਲ ਕਰੇ ਪਰ ਪਰਮਾਤਮਾ ਰੀਝਦਾ ਨਹੀਂ ਕਿਉਂ ਜਿਨ੍ਹਾਂ ਦੇ ਅੰਦਰੋਂ ਕਪਟ ਵਿਕਾਰ ਨਹੀਂ ਜਾਂਦਾ ਆਖੋ ਸਤਨਾਮ ਵਾਹਿਗੁਰੂ ਬਸ ਮੋਟਾ ਜਿਹਾ ਸ਼ਬਦ ਸਮਝ ਲਿਓ ਗੁਰਮਖੋ ਆ ਕੇ ਸੀਸ ਤਾਂ ਬੜੀ ਦੁਨੀਆ ਝਕਾਉਂਦੀ ਐ ਪਰ ਕੱਲੇ ਸੀਸ ਝਕਾਉਣ ਨਾਲ ਗੱਲ ਨਹੀਂ ਬਣਨੀ ਜਿੰਨਾ ਚਿਰ ਮਨ ਨਾ ਝੁਕਿਆ ਉਹ ਵੀ ਮਹਾਰਾਜ ਕਹਿੰਦੇ ਨੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ ਸੀਸ ਨਵਾਇਆ ਕਿਆ ਸੀ ਐ ਜਾਂ ਹਿਰਦੇ ਕਸੁੱਧੇ ਜਾਏ ਅਸੀਂ ਜਾਂ ਤਾਂ ਆਪਣੇ ਮਤਲਬ ਨੂੰ ਝੁਕਦੇ ਆਂ ਆਪਣੀ ਲੋੜ ਨੂੰ ਸਿਰ ਝਕਾਉਨੇ ਆ ਜੇ ਲੋੜ ਦਾ ਹੋਵੇ ਕੋਈ ਨਹੀਂ ਆਖੇ ਲੱਗਦਾ ਗੁਰਮਖੋ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਕੀਰਤੀਆ ਠੀਕ ਹੈ ਤੇਰਾ ਪਿਤਾ ਸੇਵਾਦਾਰਤਾ ਸੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਵੇਲੇ ساری ਉਮਰ ਪਰਿਵਾਰ ਸਮੇਤ ਕੀਤੀ ਸੇਵਾ ਪਰ ਅਸਲ ਵਿੱਚ ਉਹਦੇ ਚੋਂ ਹਮੈ ਨਹੀਂ ਸੀ ਨਿਕਲੀ ਕਹਿੰਦਾ ਜੀ ਉਹ ਕਿਵੇਂ ਦੱਸੋ ਫਿਰ ਮੇਰਾ ਪਿਤਾ ਰਿਛ ਦੀ ਜੂਨੇ ਕਿਉਂ ਪਿਆ ਮਹਾਰਾਜ ਨੇ ਖੇਡਾ ਤਾਂ ਦਿੱਤਾ ਰੋਕ ਮਦਾਰੀਆ ਰੁਕ ਜਾ ਇੱਥੇ ਹੀ ਉਹਨੇ ਰੋਕਤਾ ਸਾਰੀ ਸੰਗਤ ਬੈਠੀ ਸੀ ਫਿਰ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੱਸਿਆ ਕਹਿੰਦੇ ਭਾਈ ਕੀਰਤੀਆ ਜੀ ਤੇਰਾ ਪਿਤਾ ਮੇਰੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਸੇਵਾ ਕਰਦਾ ਹੁੰਦਾ। ਲੰਗਰ ਵੀ ਵਰਤਾਉਂਦਾ ਏ। ਦੇਗ ਬਣਾਉਂਦਾ ਹੁੰਦਾ ਸਿੱਕੜਾ ਪ੍ਰਸ਼ਾਦੀ। ਤੇ ਵਰਤਾਉਂਦਾ ਵੀ ਸੰਗਤ ਨੂੰ। ਸਮਾਂ ਕਾਫੀ ਲੰਘਦਾ ਗਿਆ ਤੇ ਇੱਕ ਦਿਨ ਕੀ ਹੋਇਆ? ਦੀਵਾਨ ਸਜਿਆ ਹੋਇਆ। ਸਾਰੀ ਸੰਗਤ ਬੈਠੀ ਅਰਦਾਸ ਹੋ ਚੁੱਕੀ ਸੀ ਹੁਕਮਨਾਮਾ ਗੁਰੂ ਸਾਹਿਬ ਦਾ ਜੋ ਕਹਿਣਾ ਸੀ ਮਹਾਰਾਜ ਨੇ ਕਹਿਤਾ ਅੱਜ ਤਾਂ ਆਪਾਂ ਪੜ੍ਹਦੇ ਆ ਨਾ ਗੁਰੂ ਗ੍ਰੰਥ ਸਾਹਿਬ ਤੋਂ ਪਰ ਜਦੋਂ ਗੁਰੂ ਨੌ ਗੁਰੂ ਸਰੀਰ ਕਰਕੇ ਵਿਚਰਦੇ ਸੀ ਉਦੋਂ ਕਥਾ ਕੀਰਤਨ ਅਰਦਾਸ ਬੇਨਤੀ ਤੋਂ ਬਾਅਦ ਮਹਾਰਾਜ ਆਪ ਬੋਲ ਕੇ ਹੁਕਮ ਦੱਸਦੇ ਹੁੰਦੇ ਵੀ ਭਾਈ ਅੱਜ ਗੁਰਸਿੱਖੋ ਤੁਹਾਨੂੰ ਆਹ ਹੁਕਮ ਹੈ ਆਪਾਂ ਆਹ ਕਾਰਜ ਕਰਨਾ ਉਹ ਹੋ ਚੁੱਕਾ ਸੀ ਪ੍ਰਸਾਦ ਵਰਤ ਰਿਆ ਸੀ ਕੜਾ ਪ੍ਰਸਾਦ ਦਾ ਤੇ ਇੱਕ ਜ਼ਿਮੀਂਦਾਰ ਗੱਡਿਆਂ ਤੇ ਜਿੰਸ ਲੱਦੀ ਜਾਂਦਾ ਕਣਕ ਬਾਜਰਾ ਮੱਕੀ ਕਹਿ ਲਓ ਜੋ ਵੀ ਸੀ ਗੱਡੇ ਦੇ ਉੱਤੇ ਨਾ ਭੜ ਕੇ ਬੋਰੀਆਂ ਲਈ ਜਾਂਦਾ ਤੇ ਉਹ ਸਿੱਖ ਨੇ ਦੇਖਿਆ ਵੀ ਪ੍ਰਸਾਦ ਵਰਤੀ ਜਾਂਦਾ ਚਲੋ ਮੈਂ ਦੇਗ ਦਾ ਕਿਣਕਾ ਹੀ ਲੈ ਚੱਲਾਂ ਉਹ ਭੱਜਿਆ ਭੱਜਿਆ ਆਇਆ ਤੇ ਆ ਕੇ ਤੇਰੇ ਪਿਤਾ ਦੇ ਮੂਹਰੇ ਬਹਿ ਗਿਆ ਕਹਿੰਦਾ ਸਿੱਖਾ ਮੈਨੂੰ ਦੇਖ ਦੇਈ ਮੈਂ ਜਾਣਾ ਛੇਤੀ ਹੁਣ ਤਾਂ ਤੁਹਾਨੂੰ ਪਤਾ ਹੈ ਆਪਾਂ ਜਦੋਂ ਆਉਣਾ ਹੋਵੇ ਹੱਥ ਪੱਲਾ ਧੋ ਕੇ ਚੰਗੀਆਂ ਪੱਗਾਂ ਬੰਨ ਕੇ ਬੂਟ ਸ਼ੂਟ ਪਾ ਕੇ ਆਈਦਾ ਨਾ ਅੱਗੇ ਪੁਰਾਣੇ ਬਜ਼ੁਰਗ ਸਿੱਧੇ ਹੀ ਹੁੰਦੇ ਤੁਹਾਨੂੰ ਪਤਾ ਮੈਥੋਂ ਵੱਧ ਉਮਰ ਦੇ ਬੈਠੇ ਹਾਂ ਦਿਖਾਵਾ ਨਹੀਂ ਸੀ ਸਿਰਫ ਸੱਚੀ ਜ਼ਿੰਦਗੀ ਸੀ ਆਖੋ ਸਤਨਾਮ ਉਹਦੇ ਕੁਰਤਾ ਚਾਦਰ ਆ ਪਾਇਆ ਸਿੱਧਾ ਜ਼ਿੰਮੇਦਾਰ ਤੇ ਗੱਡੇ ਭਰ ਕੇ ਸਮਾਨ ਦੇ ਲੈ ਜਾਂਦਾ ਸੀ ਉਡੋ-ਉਡ ਕੇ ਮਿੱਟੀ ਵੀ ਮੂੰਹ ਤੇ ਪਈ ਹੋਈ ਉਵੇਂ ਆ ਗਿਆ ਲਿਬੜਿਆ ਤੇ ਬੜਿਆ ਤੇਰੇ ਪਿਤਾ ਨੂੰ ਕਹਿੰਦਾ ਦੇਖ ਦੇ ਦੇ ਮੈਂ ਜਾਣਾ ਪਰ ਤੇਰਾ ਬਾਪ ਦੇਗ ਵਰਤਾਉਂਦਾ ਵਰਤਾਉਂਦਾ ਕਹਿੰਦਾ ਆਹ ਜਿਹੜੇ ਪਹਿਲਾਂ ਦੇ ਬੈਠਿਆ ਇਹਨਾਂ ਨੂੰ ਵਰਤਾਉਂ ਫੇਰ ਦੇऊं ਦੂਜੇ ਪਾਸੇ ਜਾ ਗਿਆ ਦੇਗ ਵਰਤਾਉਣ ਦੂਜੇ ਪਾਸੇ ਚਲਿਆ ਗਿਆ ਤਿਉਹ ਜ਼ਿਮੀਂਦਾਰ ਉੱਠ ਕੇ ਉਧਰ ਚਲਿਆ ਗਿਆ ਕਹਿੰਦਾ ਸਿੱਖਾ ਗੁਰੂ ਦਾ ਵਾਸਤਾ ਗੁਰੂ ਦਾ ਵਾਸਤਾ ਮੇਰੀ ਮਜਬੂਰੀ ਹੈ ਮੈਂ ਜਾਣਾ ਹੈ ਉਹ ਗੱਡੇ ਲੰਘੇ ਦੂਰ ਮੈਨੂੰ ਦੇ ਦੇ ਦੇਖਦਾ ਕਿਣਕਾ ਪਰ ਤੇਰੇ ਪਿਤਾ ਨੇ ਉੱਥੇ ਵਕਤ ਨਹੀਂ ਵਿਚਾਰਿਆ ਦੇਖ ਨਹੀਂ ਦਿੱਤੀ ਹਾਲਾਂਕਿ ਗੁਰੂ ਘਰ ਦੀ ਸੀ ਵਸਤੂ ਤਾਂ ਪਰ ਉਹ ਜ਼ਿਮੀਂਦਾਰ ਨੂੰ ਕਹਿੰਦਾ ਕਿਉਂ ਐਵੇਂ ਵੇਛ ਵਾਂਗੂ ਟੱਪੀ ਜਾਂਦਾ ਕਦੇ ਉੱਧਰ ਬਹਿਣਾ ਕਦੇ ਉੱਧਰ ਬਹਿਣਾ ਟਿੱਕੇ ਬਹਿ ਜਾ ਆ ਜਿਨ੍ਹਾਂ ਨੇ ਇੰਨੇ ਚਿਰ ਦੀ ਹਾਜ਼ਰੀ ਭਰੀ ਆ ਇਹਨਾਂ ਨੂੰ ਵਰਤਾ ਕੇ ਤੈਨੂੰ ਸਭ ਤੋਂ ਬਾਅਦ ਵਿੱਚ ਦੇਵਾਂ ਤੂੰ ਤਾਂ ਹੁਣ ਆਇਆ ਉਹ ਕਹਿੰਦਾ ਮੇਰੇ ਗੱਡੇ ਲੰਘਦੇ ਆ ਲੰਘ ਜੇ ਕਹਿੰਦਾ ਮੈਨੂੰ ਕੋਈ ਮਤਲਬ ਨਹੀਂ ਉਹਦੀ ਮਜਬੂਰੀ ਨਹੀਂ ਸਮਝੀ ਤੇ ਉਹ ਜ਼ਿੰਮੇਦਾਰ ਵੀ ਭਾਈ ਸੱਚਾ ਸੁੱਚਾ ਸੀ ਹੁਣ ਆਲਾ ਤਾਂ ਕੰਮ ਨਹੀਂ ਸੀ ਸਭ ਕੁਝ ਮਾਲਕ ਨੇ ਦਿੱਤਾ ਫੇਰ ਵੀ ਅਸੀਂ ਬੱਟਾ ਵੱਢਣੋਂ ਨਹੀਂ ਹਟਦੇ ਆਖੋ ਸਤਨਾਮ ਜੇ ਦੇਖੇ ਵੀ ਦੱਸਦੈ ਫੁੱਟਣਾ ਤੇਰਾ ਕੀ ਵੱਜੂਗਾ ਤੇ ਜੇ ਕੀ ਤੈਨੂੰ ਘਾਟਾ ਪੈਣ ਲੱਗਿਆ ਕਿਉਂ ਮਨਚੋ ਬੇਈਮਾਨੀਆਂ ਸਾਡੇ ਜਾਂਦੀਆਂ ਹੀ ਨਹੀਂ ਗੁਰਮੁਖੋ ਹਰ ਖੇਤਰ ਵਿੱਚ ਮੈਨੂੰ ਮਾਫ਼ ਕਰਿਓ ਮੈਂ ਵੀ ਵਿੱਚੋਂ ਹੀ ਆ ਜ਼ੀਰੋ ਤੋਂ ਲਾ ਕੇ ਉੱਪਰ ਤੱਕ ਸਿਸਟਮ ਦਿਨੋ ਦਿਨ ਗੰਦਲਦਾ ਹੀ ਜਾ ਰਿਹਾ ਹੈ ਇਸੇ ਕਰਕੇ ਸਾਨੂੰ ਮਾਰ ਪੈਗੀ ਮਹਾਰਾਜ ਨੇ ਤਾਂ ਹੀ ਲਿਖਿਆ ਸਾਚਾ ਸਤਗੁਰ ਕਿਆ ਕਰੈ ਜੋ ਸਿੱਖਾਂ ਮਹਿ ਚੂਕ ਅੰਦੇ ਏਕ ਨਾ ਲੱਗਈ ਜਿਵੇਂ ਬਾਸ বাজਾਈਐ ਫੂਕ ਕਹਿੰਦੇ ਗੁਰੂ ਦਾ ਕਸੂਰ ਨਹੀਂ ਜਿਹੜੀ ਘਾਟ ਐ ਉਹ ਸਿੱਖਾਂ ਚ ਆ ਗਈ ਆਖੋ ਸਤਨਾਮ ਆਪਾਂ ਲੱਗੇ ਇੱਕ ਦੂਜੇ ਦੀ ਨਿੰਦਿਆ ਤੇ ਗੁਰਮੁਖ ਠੀਕ ਐ ਚੰਗੇ ਮਾੜੇ ਹਰ ਧਰਮ ਵਿੱਚ ਹੋਏ ਨੇ ਹਰ ਵਰਗ ਵਿੱਚ ਹੋਏ ਹਰ ਘਰ ਵਿੱਚ ਚੰਗੇ ਮਾੜੇ ਹੈਗੇ ਪਰ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਜੇ ਚੰਗਿਆਈ ਸ਼ੁਰੂ ਤੋਂ ਚੱਲੀ ਤੇ ਬੁਰਾਈ ਵੀ ਐ ਗੁਰਮੁਖੋ ਜੇ ਦਿਨ ਐ ਤਾਂ ਰਾਤ ਵੀ ਐ ਨਿੰਦਿਆ ਤਾਂ ਉਸਤਤ ਹੈ ਲਾਭ ਐ ਤਾਂ ਹਾਨੀ ਵੀ ਐ ਜੇ ਜਨਮ ਹੋਇਆ ਤਾਂ ਮੌਤ ਵੀ ਹੋਣੀ ਐ ਪਤਾ ਐ ਆਪਾਂ ਨੂੰ ਪੜਾ ਸੁਣ ਲਿਓ ਹੁਣ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤੇਰੇ ਪਿਤਾ ਨੇ ਦੇਗ ਨਹੀਂ ਦਿੱਤੀ ਸਦੋ ਸੰਗਤ ਵਿੱਚ ਕੌੜੇ ਵਚਨ ਬੋਲੇ ਵੀ ਕਿਉਂ ਰਿਛੰਗੂ ਟੱਪੀ ਜਾਣਾ ਬੈਠਿਆ ਨਹੀਂ ਜਾਂਦਾ ਉਹ ਜ਼ਿਮੀਂਦਾਰ ਆਪਣੀ ਬੇਇੱਜ਼ਤੀ ਮਹਿਸੂਸ ਕਰਕੇ ਡਿੱਗਿਆ ਪਿਆ ਸੀ ਕਿਣਕਾ ਕਈ ਵਾਰੀ ਦੇਗ ਵਰਤਾਉਂਦਿਆਂ ਤੋਂ ਡਿੱਗ ਪੈਂਦਾ ਹੈ ਨਾ ਕਿਣਕਾ ਪਹਿਲੀ ਗੱਲ ਤਾਂ ਭਾਈ ਆਪਾਂ ਕੋਸ਼ਿਸ਼ ਕਰਿਆ ਕਰੋ ਦੇਗ ਵਰਤਉਣੀ ਹੈ ਉਸ ਹਾਵਨਾ ਪ੍ਰਸ਼ਾਦ ਵਰਤਾਓ ਇਹ ਪੈਰਾਂ ਹੀਟ ਰੁਲਣਾ ਨਹੀਂ ਚਾਹੀਦਾ ਮਹਾਰਾਜ ਨੇ ਤਾਂ ਕਿਹਾ ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਬਰਤਾਓ ਉਹਨਾਂ ਜਿੰਨਾ ਸਾਰਿਆਂ ਨੂੰ ਆਜੇ ਸ਼ੰਦਾ ਗੁਰਮ ਕੋ ਤੇ ਲੈਣ ਵਾਲਿਆਂ ਨੂੰ ਵੀ ਚਾਹੀਦਾ ਮਜ਼ਾਕ ਨਾ ਉਡਾਇਆ ਕਰੋ ਕਈ ਕਹਿਣਗੇ ਦੇ ਦੇ ਖੁੱਲਾ ਜਿਹਾ ਗਫਾ ਇਹ ਗੁਰੂ ਦਾ ਪ੍ਰਸ਼ਾਦ ਹੈ ਭਾਵੇਂ ਲੰਗਰ ਹੈ ਭਾਵੇਂ ਦੇਗ ਹੈ ਉਹਨਾਂ ਕੀ ਲਿਆ ਕਰੋ ਜਿੰਨਾ ਕਸੀਂ ਸ਼ਕ ਲਈਏ ਤੇ ਸਾਡੇ ਅੰਦਰ ਪਚ ਕੇ ਅੰਮ੍ਰਿਤ ਬਣ ਜੇ ਗੁਰਮੁਖੋ ਭੋਜਨ ਹੈ ਚਾਹੇ ਦੇਗ ਹੈ ਇਹ ਹੈ ਤਾਂ ਦੇਵਤੇ ਪਰ ਗੁਰਮੁਖ ਪਿਆਰਿਓ ਇਹ ਸਾਡਾ ਸਰੀਰ ਐਸਾ ਹੈ ਜਦੋਂ ਇਹ ਦੇਵਤੇ ਸਰੀਰ ਅੰਦਰ ਮਿਲਦੇ ਨੇ ਉਹੀ ਗੰਦਗੀ ਦਾ ਰੂਪ ਹੋ ਜਾਂਦੇ ਆਖੋ ਸਤਨਾਮ ਲੋੜ ਤੋਂ ਵੱਧ ਖਾਓਗੇ ਤਾਂ ਫਾਇਦਾ ਨਹੀਂ ਹੋਣਾ ਨੁਕਸਾਨ ਨਹੀਂ ਹੋਣਾ। ਥੋੜਾ ਜਿਹਾ ਲੋੜ ਅਨਸਾਰ ਕਿਉਂਕਿ ਗੁਰੂ ਦੀ ਬਖਸ਼ਿਸ਼ ਪ੍ਰਸਾਦ ਇਹ ਜਿੰਨਿਆਂ ਦੇ ਮੁੱਖ ਚ ਪਊ ਉਹਨਿਆਂ ਦਾ ਭਲਾ ਹੋਵੇ। ਉਹ ਡਿੱਗਿਆ ਪਿਆ ਕਿਣਕਾ ਜ਼ਿਮੀਂਦਾਰ ਨੇ ਚੱਕ ਕੇ ਰਸਨਾ ਤੇ ਰੱਖਿਆ ਤੇ ਨਾਲ ਹੀ ਬਚਨ ਨਿਕਲ ਗਿਆ। ਉਹ ਸਿੱਖਾ ਮੇਰੀ ਤਾਂ ਸੀ ਮਜਬੂਰੀ ਜਾਣਾ ਸੀ ਗੱਡੇ ਲੰਘ ਰਹੇ ਐ। ਮੈਂ ਤਾਂ ਸਰਦਾ ਨਾਲ ਆਇਆ ਸੀ ਗੁਰੂ ਦਾ ਪ੍ਰਸ਼ਾਦ ਲੈ ਲਾਂ ਪਰ ਤੈ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਵੀ ਨਿਮਰਤਾ ਨਹੀਂ ਰੱਖੀ ਸੁਣਿਆ ਤਾਂ ਇਹ ਆ ਵੀ ਸੰਗਤ ਵਿੱਚ ਪਰਮੇਸ਼ਰ ਦਾ ਵਾਸਾ ਹੈ ਪਰ ਤੈ ਮੇਰਾ ਆਦਰ ਨਹੀਂ ਕੀਤਾ ਨਰਾਦਰ ਕੀਤਾ ਤੈ ਮੈਨੂੰ ਬਚਨ ਬੋਲੇ ਰਿਸ਼ ਵਾਂਗੂ ਟੱਪਦਾ ਫਿਰਦਾ ਹੈ ਮੇਰੀ ਮਜਬੂਰੀ ਸੀ ਪਰ ਯਾਦ ਰੱਖੀ ਤੂੰ ਰਿਛ ਦੀ ਜੂਨੇ ਜ਼ਰੂਰ ਪਏਗਾ ਆਖੋ ਸਤਨਾ ਲੈ ਇੱਥੇ ਹੋਣਾ ਬਚਨ ਸਮਝ ਲਿਓ ਜਿਆਦਾਤਰ ਕਲੇਸ਼ ਸਾਡੀ ਬੋਲ ਬਾਣੀ ਦਾ ਗੁਰੂ ਜਿਹੜੀ ਜੀਬ ਹੈ ਨਾ ਇਨ ਕੰਟਰੋਲ ਰੱਖਣਾ ਹੈ ਕਈ ਵਾਰੀ ਇਹ ਜੇ ਬਚਨ ਬੋਲ ਜਾਂਦੀ ਹੈ ਜਿਹਦੇ ਫੱਟ ਸਾਰੀ ਉਮਰ ਮਿਲਦੇ ਹੀ ਨਹੀਂ ਗੁਰਮੁਖੋ ਅਜੇ ਕੋਈ ਚਾਕੂ ਵੱਜੇ ਤਲਵਾਰ ਵੱਜੇ ਉਹ ਜ਼ਖਮ ਤਾਂ ਭਰ ਜਾਂਦੇ ਐ ਜ਼ੁਬਾਨ ਦੇ ਜ਼ਖਮਾਂ ਦੀ ਕੋਈ ਮਲ੍ਹਮ ਨਹੀਂ ਹੈ ਜ਼ੁਬਾਨ ਦੇ ਜ਼ਖਮਾਂ ਦੀ ਕੋਈ ਮਲ੍ਹਮ ਨਹੀਂ ਹੈ ਤੇ ਮਹਾਰਾਜ ਨੇਤਾ ਆਪਾਂ ਨੂੰ ਇਹ ਵੀ ਕਿਹਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੀ ਚਾਹ ਨਹੀਂ ਤੁਸੀਂ ਪੀਂਦੇ ਫਿੱਕੀ ਦਾਲ ਸਬਜ਼ੀ ਨਹੀਂ ਸਵਾਦ ਲੱਗਦੀ ਫਿੱਕਾ ਜਦ ਬੋਲਦੇ ਹੋ ਤੇ ਫਿੱਕਾ ਬੋਲਣ ਵਾਲੇ ਕਿਵੇਂ ਪਸੰਦ ਆਉਣਗੇ ਇੱਥੇ ਤਾਂ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਚੰਗਿਆਈਆਂ ਹੋਣ ਗੁਣ ਮਿੱਠਤ ਹੋਵੇ ਨਿਮਰਤਾ ਬਾਬਾ ਫਰੀਦ ਜੀ ਨੂੰ ਐਵੇਂ ਤਾਂ ਨਹੀਂ ਸਤਕਾਰ ਦਿੱਤਾ ਉਹ ਕਹਿੰਦੇ ਨੇ ਨਿਵਨ ਸੋ ਅਖਰ ਖਵਨ ਗੁਣ ਜੇਬਾ ਮੰਨੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਕਹਿੰਦੇ ਦੁਨੀਆ ਦੀ ਤਾਂ ਗੱਲ ਛੱਡ ਨਿਮਰਤਾ ਸਹਿਣਸ਼ੀਲਤਾ ਮਿੱਠ ਬੋਲੜਾ ਸੁਭਾਅ ਹੋਵੇ ਪਰਮੇਸ਼ਰ ਵੀ ਵਾਸ ਆ ਜੂਗਾ ਖੋ ਸਤਨਾਮ ਪਾਰੇ ਗੁਣ ਕਿਸੇ ਬਿਰਲੇ ਬਿਰਲੇ ਚ ਹੈ ਪਾਈ ਪ੍ਰਗਟ ਕਰੋ ਸਾਰੇ ਆਪਣੇ ਵਿੱਚੇ ਗੁਣ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜ਼ਿਮੀਂਦਾਰ ਜਾਂਦਾ ਜਾਂਦਾ ਕਹਿ ਗਿਆ ਤੂੰ ਰਿਛ ਦੀ ਜੂਨੇ ਪਏਗਾ ਤੇਰਾ ਪਿਤਾ ਸੇਵਾ ਬਾਦ ਚ ਵੀ ਕਰਦਾ ਰਿਆ ਪਰ ਜਦੋਂ ਮਰਿਆ ਮਰ ਕੇ ਰਿਛ ਦੀ ਜੂਨੇ ਪੈ ਗਿਆ ਉਦੋਂ ਤਾਂ ਦੇਗ ਨਹੀਂ ਦਿੱਤੀ ਹਾਲਾਂਕਿ ਗੁਰੂ ਘਰ ਦੀ ਵਸਤੂ ਸੀ ਸਿਰਫ ਵਰਤੌਣੀ ਸੀ ਜਿਵੇਂ ਆਮ ਨਹੀਂ ਕਹਿੰਦੇ ਵੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਘੱਟੋ ਘੱਟ ਅਸੀਂ ਜਿਹੜੇ ਵਰਤੌਣ ਵਾਲੇ ਆ ਪਿਆਰ ਸਤਿਕਾਰ ਨਾਲ ਵਧੀਆ ਸ਼ਿਕਾਈਏ ਬਾਣੀ ਗੁਰੂਆਂ ਦੀ ਇਤਿਹਾਸ ਗੁਰੂਆਂ ਦਾ ਵਧੀਆ-ਵਧੀਆ ਸੁਣਾਈਏ ਮਸ਼ਹੂਰੀ ਸਾਡੀ ਹੁੰਦੀ ਹੈ ਨਾ ਹਾਲਾਂਕਿ ਇਤਿਹਾਸ ਜਿਹੜਾ ਵੀ ਹੋਇਆ ਦੁਖ ਤਖਲੀਪਾਂ ਝੱਲੀਆਂ ਗੁਰੂਆਂ ਨੇ ਸਹਬਜ਼ਾਦਿਆਂ ਨੇ ਝੱਲੀਆਂ ਪਰ ਜੇ ਕੋਈ ਸਹੀ ਸਹੀ ਸੁਣਾਵੇ ਤੁਸੀਂ ਸਤਕਾਰ ਸੁਣਾਉਣ ਵਾਲੇ ਦਾ ਵੀ ਕਰ ਦਿਓ ਗੁਰੂਆਂ ਦੀ ਗੱਲ ਸੁਣਾਈ ਹੈ ਤੇ ਜੇ ਕੋਈ ਇਸੇ ਨੂੰ ਤੋੜ ਮਰੋੜ ਕੇ ਇਤਿਹਾਸ ਸੁਣਾਉਂਦਾ ਸੁਣਾਉਂਦਾ ਤੁਹਾਡੇ ਮੂਰੇ ਬੈਠਿਆਂ ਦੀ ਬੇਇੱਜ਼ਤੀ ਕਰੇ ਤੇ ਫਿਰ ਤੁਸੀਂ ਉਹਨੂੰ ਕਦਾ ਚੰਗਾ ਸਮਝਦੇ ਹੋ ਗੁਰਮੁਖ ਕੋ ਏਦਾਂ ਨਹੀਂ ਹੋਣਾ ਚਾਹੀਦਾ ਇੱਥੇ ਆਪ ਹਾਜ਼ਰ ਨਾਜ਼ਰ ਨਿਰੰਕਾਰ ਬੈਠਾ ਮਹਾਰਾਜ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇਰੇ ਕੋਲੇ ਅੰਮ੍ਰਿਤ ਦਾ ਸੋਮਾ ਹੈ ਪਰ ਤੂੰ ਸਿਰ ਤੇ ਟੋਕਰਾ ਕੋਲਿਆਂ ਦਾ ਚੱਕੀ ਫਿਰਦਾ ਫਿਰ ਕਾਹਦਾ ਸਿੱਖ ਹੈ ਭਾਈ ਮਹਾਰਾਜ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨਾ ਕੋਏ ਇਹਦੇ ਵੱਡਾ ਤਾਂ ਹੋਰ ਕੋਈ ਹੈ ਨਹੀਂ ਨਿਰੰਕਾਰ ਹੈ ਤੇ ਨਿਰੰਕਾਰ ਦੇ ਚਰਨਾਂ 'ਚ ਬਹਿ ਕੇ ਜਦੋਂ ਅਸੀਂ ਫਿਰ ਦੂਜਿਆਂ ਦੇ ਔਗਣ ਫਰੋਲਦੇ ਆ ਨਾ ਉਹ ਸਾਡੀ ਮਾੜੀ ਗੱਲ ਐ ਫੁੱਲਾਂ ਦੀ ਹੋਵੇ ਕਿਯਾਰੀ ਤੂੰ ਲਿਆ ਕੇ ਬਾਹਰੋਂ ਟੋਕਰਾ ਕੂੜੇ ਦਾ ਸਿੱਟੇ ਠੀਕ ਥੋੜੀ ਐ ਉਹ ਗੱਲ ਸਤਗੁਰ ਦੇ ਚਰਨਾਂ 'ਚ ਬੈਠੋ ਮਹਾਰਾਜ ਤਾਂ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕਹਿੰਦੇ ਐਨਾ ਮਿੱਠਾ ਸੁਭਾਅ ਕਦੇ ਕੌੜਾ ਹੀ ਨਹੀਂ ਬੋਲਦਾ ਤੇ ਆਪਾਂ ਉਹਦੇ ਚਰਨਾਂ 'ਚ ਬਹਿ ਕੇ ਕੌੜੇ ਬੋਲ ਬੋਲੀਏ ਗੱਲ ਨਹੀਂ ਬਣਨੀ ਹਰ ਸੱਜਣ ਸੁਆਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਸੱਜਣ ਸੁਆਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਹਰ ਸੱਜਣ ਆਗੇ ਕੋ ਬਾਣ ਕੋ ਬਾਣ ਹਰ ਸੱਜਣ ਸੋਾਮੀ ਮੋਰਾ ਹਰ ਸੱਜਣ ਸੱਜਣ ਸਵਾਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਕਹਿੰਦੇ ਜਿਹੜਾ ਮਾਲਕ ਹੈ ਹਰੀ ਸੱਚਾ ਸੱਜਣ ਉਹ ਤਾਂ ਮਿੱਠੇ ਬੋਲ ਬੋਲਦਾ ਕੌੜਾ ਬੋਲਣਾ ਜਾਣਦਾ ਹੀ ਨਹੀਂ ਇਸੇ ਕਰਕੇ ਕੌੜੇ ਬੋਲਣ ਵਾਲੇ ਉਹਨੂੰ ਪਸੰਦ ਨਹੀਂ ਹੈਗੇ ਆਖੋ ਸਤਨਾਮ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਕੀਰਤੀਆ ਤੇਰੇ ਪਿਤਾ ਨੇ ਸੰਗਤ ਵਿੱਚ ਬੋਲੇ ਗਲਤ ਬੋਲ ਮਰ ਕੇ ਪੈ ਗਿਆ ਰਿਛ ਦੀ ਜੂਨੇ ਉਦੋਂ ਤਾਂ ਦੇਖਦਾ ਕਿਣਕਾ ਵੀ ਨਹੀਂ ਦਿੱਤਾ ਨਾਲੇ ਗੁਰੂ ਘਰ ਦੀ ਵਸਤੂ ਸੀ ਹੁਣ ਕੌਲੀ ਕੌਲੀ ਆਟੇ ਦੀ ਖਾਤਰ ਦਰਦਰ ਮੂਰੇ ਨੱਚਦਾ ਫਿਰਦਾ ਆਖੋ ਸਤਨਾਮ ਵਾਹਿਗੁਰੂ ਤੈਨੂੰ ਮੈਂ ਤਾਂ ਕਿਹਾ ਵੀ ਤੈਨੂੰ ਹੱਸਣਾ ਨਹੀਂ ਚਾਹੀਦਾ ਕਿਉਂਕਿ ਤੇਰੇ ਬਾਪ ਦੀ ਆਤਮਾ ਇਹਦੇ ਵਿੱਚ ਤੂੰ ਹੱਸੇ ਬਾਪ ਭੈੜੀ ਜੂਨੀ ਚ ਫਿਰੇ ਇਹ ਠੀਕ ਨਹੀਂ ਹੈ ਕਹਿੰਦਾ ਜੀ ਫਿਰ ਮੈਂ ਕੀ ਕਰ ਸਕਦਾ ਮਹਾਰਾਜ ਕਹਿੰਦੇ ਚੁੱਪਤਾ ਰਹਿ ਸਕਦਾ ਹੈ ਨਾ ਦੇਖੋ ਜੇ ਕਿਸੇ ਦਾ ਸਤਕਾਰ ਨਹੀਂ ਕਰ ਸਕਦੇ ਤੇ ਨਰਾਦਰ ਵੀ ਨਾ ਕਰੋ ਚੁੱਪ ਰਹਿ ਲਓ ਫਿਰ ਏਦੂ ਤਾਂ ਇਹ ਵਧੀਆ ਹੈ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਜੇ ਕੋਈ ਸਾਡਾ ਕਿਆ ਸੁਣਦਾ ਹੀ ਨਹੀਂ ਫਿਰ ਚੁੱਪ ਚ ਫਾਇਦਾ ਹੁੰਦਾ ਹੈ ਗੁਰੂਮੁਖ ਮਹਾਰਾਜ ਕਹਿੰਦੇ ਤੈਨੂੰ ਤਾਂ ਕਿਹਾ ਚੁੱਪ ਰਹਿ ਜਦੋਂ ਆਹ ਗੱਲ ਭਾਈ ਕੀਰਤਰੀਏ ਨੇ ਸੁਣੀ ਉਧਰੋਂ ਜਿਹੜਾ ਰਿਛਸ ਸੀ ਨਾ ਉਹ ਫਿਰ ਲਿਟਦਾ ਲਿਟਦਾ ਮੇਰੇ ਸਤਗੁਰ ਦੇ ਚਰਨਾਂ 'ਚ ਆ ਗਿਆ ਆਖੋ ਸਤਨਾਮ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਹੁਣ ਇਹ ਜਿਹੜਾ ਲੰਬਾ ਪੈ ਪਿਆ ਲਿਟਦਾ ਆਇਆ ਹੈ ਨਾ ਨਮਸਕਾਰ ਕਰਦਾ ਹੈ ਇਹ ਅੰਦਰ ਹੀ ਅੰਦਰ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਮੈਥੋਂ ਹੋ ਗਈ ਭੁੱਲ ਮੈਨੂੰ ਬਖਸ਼ ਦਿਓ ਆਖੋ ਸਤਨਾਮ ਵਾਹਿਗੁਰੂ ਤੇਰੇ ਵਰਗਾ ਨਾ ਦਿਆਲੂ ਸੱਚੇ ਪਾਤਸ਼ਾਹ ਸਾਡੇ ਵਰਗਾ ਪਾਪੀ ਕੋਈ ਨਾ ਸਤਗੁਰ ਅਰਬਦਾਸ ਮਹਾਰਾਜ ਲਿਖ ਕੇ ਗਏ ਹੈ ਨਾ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਾ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨ ਨੇ ਕਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਛਰੇ ਇਥੇ ਮਾ ਦੋ ਇਹੋ ਜਨਮ ਤੇਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਮਾਲਕਾ ਪਿਛਲੇ ਜਨਮ ਦਾ ਵਿਛੜਿਆ ਹੋਇਆ ਹੁਣ ਤੇਰੇ ਦਰਸ਼ਨ ਹੋ ਗਏ ਕਿਰਪਾ ਕਰੋ ਜਨਮਾਂ ਜਨਮਾਂ ਤੋਂ ਵਿਛੋੜੇ ਪੈਂਦੇ ਆਏ ਨੇ ਹੁਣ ਨਾ ਵਿਛੋੜੀ ਮਾਲਕਾ ਹੁਣ ਨਾ ਵਿਛੋੜੀ ਮਾਲਕਾ ਆ ਬੇਨਤੀ ਕਰਦੇ ਹੀ ਰਹਿਣਾ ਮਹਾਰਾਜ ਕਹਿੰਦੇ ਹੁਣ ਰਿਛ ਵੀ ਕਹਿੰਦਾ ਮਹਾਰਾਜ ਕਿਰਪਾ ਹੋਗੀ ਤੁਹਾਡੀ ਦਰਸ਼ਨ ਹੋ ਗਏ ਹੁਣ ਮੈਨੂੰ ਵਿਛੋੜਿਓ ਨਾ ਮੇਲ ਲੋ ਭੁੱਲ ਹੋਗੀ ਤੇ ਉਥੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਹ ਗੱਲ ਦੱਸੀ ਫਿਰ ਭਾਈ ਕੀਰਤੀਏ ਨੇ ਇੱਕ ਬੇਨਤੀ ਕੀਤੀ ਕਹਿੰਦਾ ਪਾਤਸ਼ਾਹ ਠੀਕ ਐ ਮੇਰੇ ਪਿਤਾ ਤੋਂ ਭੁੱਲ ਹੋ ਗਈ ਵੱਡੀ ਇਹਨੇ ਆਪਣੀ ਕਰਨੀ ਦਾ ਫਲ ਵੀ ਭੋਗਿਆ ਭੁੱਲ ਦਾ ਤਾਂ ਫਲ ਇਹ ਮਿਲ ਗਿਆ ਵੀ ਇਹ ਭੈੜੀ ਜੂਨ ਚ ਪੈ ਕੇ ਦੁੱਖ ਭੋਗਦਾ ਪਰ ਜਿਹੜੀ ਸੇਵਾ ਕੀਤੀ ਸੀ ਉਹਦਾ ਫਲ ਕਿੱਧਰ ਗਿਆ ਮਹਾਰਾਜ ਕਹਿੰਦੇ ਆ ਸੇਵਾ ਦਾ ਹੀ ਫਲ ਐ ਜਿਹੜਾ ਰਿਸ਼ ਹੁੰਦਾ ਹੋਇਆ ਵੀ ਸਾਡੇ ਚਰਨੀ ਆ ਲੱਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਣ ਤੁਸੀਂ ਸਿਆਣੇ ਸਿੱਖ ਬੈਠੇ ਹੋ ਹਰੇਕ ਤਾਂ ਬੰਦਾ ਵੀ ਨਹੀਂ ਆਉਂਦਾ ਆ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਜਿਆ ਹੈ ਨਾ ਇੱਥੇ ਤਾਂ ਮਾੜੇ ਕਰਮਾਂ ਵਾਲਾ ਮਨੁੱਖ ਵੀ ਨਹੀਂ ਪਹੁੰਚਦਾ ਤੇ ਪਸ਼ੂਆਂ ਨੂੰ ਆਪਾਂ ਕਦੋਂ ਆਣ ਦਿੰਨੇ ਹੁਣ ਇੱਥੇ ਕੋਈ ਰਿਛ ਕੁੱਤਾ ਬਿੱਲਾ ਗਧਾ ਇੱਧਰ ਕਿਤੇ ਵੜ ਸਕਦਾ ਏ ਗੇਟ ਟੱਪ ਸਕਦਾ ਗੁਰਮੁਖੋ ਤੇ ਉਦੋਂ ਤੱਕ ਕਿੰਨੇ ਪਹਿਰੇਦਾਰ ਹੁੰਦੇ ਸੀ ਪਾਤਸ਼ਾਹ ਕਹਿੰਦੇ ਇਹ ਸੇਵਾ ਦਾ ਹੀ ਫਲ ਐ ਰਿਛ ਜੂਨੇ ਪਿਆ ਹੋਇਆ ਵੀ ਆ ਗਿਆ ਗੁਰੂ ਦੀ ਸੰਗਤ ਵਿੱਚ ਜਾਦ ਕਰ ਬਚਨ ਇਹ ਸੇਵਾ ਦਾ ਫਲ ਐ ਭਾਈ ਕੀਰਤੀਆ ਕਹਿੰਦਾ ਜੀ ਹੁਣ ਮੇਰੀ ਬੇਨਤੀ ਐ ਇਨੂੰ ਮਾਫ ਕਰ ਦਿਓ ਆਪਾਂ ਵੀ ਦੇਖੋ ਹੁਣ ਅਰਦਾਸ ਕਰਨ ਆਏ ਆ ਨਾ ਸਾਰੇ ਕੀ ਕਵਾਂਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਐਂ ਉਦੋਂ ਸੰਗਤ ਨੇ ਫਿਰ ਬੇਨਤੀ ਕੀਤੀ ਸੀ ਕਿ ਮਹਾਰਾਜ ਕਿਰਪਾ ਕਰੋ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ੋ ਹੁਣ ਇਹਨੂੰ ਆਪਣੇ ਚਰਨੀ ਲਾ ਲੋ ਆਖੋ ਸਤਨਾਮ ਵਾਹਿਗੁਰੂ ਜਦੋਂ ਆ ਸੰਗਤ ਨੇ ਕੀਤੀ ਅਰਦਾਸ ਮੇਰੇ ਮਾਲਕ ਉਹਨੂੰ ਕਹਿੰਦੇ ਨਾ ਰਿਛ ਦੇ ਮਾਲਕ ਨੂੰ ਮਦਾਰੀ ਨੂੰ ਕਹਿੰਦੇ ਭਾਈ ਜਿੰਨੀ ਕਹੇ ਮਾਇਆ ਦੇ ਦਿੰਨੇ ਆ ਰਿਛ ਸਾਨੂੰ ਦੇ ਦੇ ਉਹ ਕਹਿੰਦਾ ਜੀ ਮੇਰਾ ਤਾਂ ਇਹਦੇ ਨਾਲ ਗੁਜ਼ਾਰਾ ਚੱਲਦਾ ਮੈਂ ਕਿਰਤ ਲੱਗਿਆ ਹੋਇਆ ਥੋੜਾ ਥੋੜਾ ਕਮਾਈ ਦਾ ਪਰਿਵਾਰ ਖਾ ਲੈਂਦਾ ਗੁਜ਼ਾਰਾ ਹੋ ਹੀ ਜਾਂਦਾ ਮਹਾਰਾਜ ਕਹਿੰਦੇ ਇਹਨੂੰ ਰਿਛ ਨਾ ਸਮਝੀ ਇਹ ਪਿਛਲੇ ਜਨਮ ਦਾ ਬੇਮੁਖ ਹੋਇਆ ਵਾ ਸਾਡਾ ਹੀ ਸਿੱਖ ਆਖੋ ਸਤਨਾਮ ਜੀ ਵਾਹਿਗੁਰੂ ਜੋਤ ਇੱਕੋ ਹੀ ਸੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਹੁਣ ਵੀ ਜੋਤ ਉਹੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਚਾ ਕੇ ਟਿੱਕੀ ਹੋਈ ਪਾਸ਼ਾ ਕਹਿੰਦੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਡਾ ਹੀ ਸਿੱਖ ਹੈ ਫਿਰ ਜਿੰਨੀ ਮਦਾਰੀ ਨੇ ਮੰਗੀ ਉਹਨੂੰ ਮਾਇਆ ਦੇ ਕੇ ਰਿச் ਮਹਾਰਾਜ ਨੇ ਮੁੱਲ ਖਰੀਦਿਆ ਗੁਰਮੁਖ ਕੋ ਕਰਾਇਆ ਇਸ਼ਨਾਨ ਕੜਾ ਪ੍ਰਸ਼ਾਦ ਦੀ ਦੇਖ ਖੁੱਲੀ ਤਿਆਰ ਕੀਤੀ ਸਾਰੀ ਸੰਗਤ ਸਮੇਤ ਪਾਠ ਕਰਕੇ ਅਰਦਾਸ ਕੀਤੀ ਜਦੋਂ ਦੇਗ ਦਾ ਭੋਗ ਗੁਰੂ ਸਾਹਿਬ ਨੂੰ ਲਵਾ ਕੇ ਕਿਣਕਾ ਰੱਖਿਆ ਨਾ ਰਿਸ਼ਮੂਰੇ ਉਹਨੇ ਥੋੜਾ ਜਾ ਛਕਿਆ ਤੇ ਨਾਲ ਦੀ ਨਾਂ ਧੜਮ ਕਰਕੇ ਧਰਤੀ ਤੇ ਡਿੱਗ ਪਿਆ ਆਖੋ ਸਤਨਾਮ ਵਾਹਿਗੁਰੂ ਉਥੇ ਉਹਦੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੁਕਤੀ ਕੀਤੀ ਆਖੋ ਸਤਨਾਮ ਵਾਹਿਗੁਰੂ ਤੇ ਸਾਰੀ ਸੰਗਤ ਜਿੰਨੀ ਵੀ ਸੀ ਤਰਾ ਤਰਾ ਕਰ ਉੱਠੀ ਨਾਲ ਸਾਰਿਆਂ ਨੇ ਫਿਰ ਪਰਨ ਕੀਤਾ ਸੀ ਮਹਾਰਾਜ ਜੇ ਇਹ ਗੱਲ ਹੈ ਨਾ ਅੱਜ ਤੋਂ ਅਸੀਂ ਪਰਨ ਕਰਦੇ ਆਂ ਵੀ ਉੱਚਾ ਬੋਲ ਬੋਲਣਾ ਹੀ ਨਹੀਂ ਅਸੀਂ ਅੱਜ ਤੋਂ ਤੁਹਾਡੇ ਸਿੱਖ ਬਣਾਂਗੇ ਆਪਾਂ ਸੁਣਦੇ ਤਾਂ ਬਹੁਤ ਕੋਸ਼ਾਂ ਭਾਈ ਪਰ ਪਰਨ ਕੋਈ ਕੋਈ ਕਰਦਾ ਹੋ ਵੀ ਆ ਗਲਤੀ ਕਰਕੇ ਮਾਰ ਪਈ ਸੀ ਜਦੋਂ ਗੁਰੂ ਸਾਹਿਬ ਦੇ ਕੋਲ ਰਹਿਣ ਵਾਲਿਆਂ ਨੂੰ ਪੈ ਗਈ ਆਪਾਂ ਨੂੰ ਕਿਉਂ ਨਹੀਂ ਪਊਗੀ ਵੀ ਅਸੀਂ ਵੀ ਆਪਣੀ ਜ਼ਿੰਦਗੀ ਵਿੱਚੋਂ ਆ ਘਾਟ ਕੱਢਾਂਗੇ ਆਖੋ ਸਤਨਾਮ ਵਾਹਿਗੁਰੂ ਬਸ ਜਿੱਦੇ ਆ ਗੁਣ ਆਪਣੇ ਚ ਆ ਗਿਆ ਗੁਰਮਖੋ ਉਦੋਂ ਫਿਰ ਕਹਾਵਾਂਗੇ ਵੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਹੋਂ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ ਇਹ ਵਾਅਦਾ ਘਾਟਾ ਹੁੰਦੀਆਂ ਹੀ ਐ ਗੁਰੂ ਅਮਰਦਾਸ ਮਹਾਰਾਜ ਕਿਹੜਾ ਜਨਮ ਤੋਂ ਗੁਰੂ ਸੀ 72 ਸਾਲ ਲੰਘ ਗਏ ਸੀ ਐਂ ਕਦੇ ਤੀਰਥ ਯਾਤਰਾ ਜਾਣਾ ਕਦੇ ਬੱਚਿਆਂ ਦੀ ਖਾਤਰ ਕਮਾਉਣਾ ਕਦੇ ਕਿਵੇਂ ਕਦੇ ਕਿਵੇਂ ਪਰ 72 ਸਾਲ ਦੀ ਉਮਰ ਵਿੱਚ ਆ ਕੇ ਜਦੋਂ ਗਿਆਨ ਮਿਲ ਗਿਆ ਉਦੋਂ ਤੋਂ ਗੁਰੂ ਨਾਨਕ ਦੇ ਚਰਨੀ ਲੱਗ ਗਏ ਗੁਰੂ ਅੰਗਦ ਦੇ ਮਹਾਰਾਜ ਦੂਸਰੇ ਗੁਰੂ ਸਾਹਿਬ ਦੀ ਕੀਤੀ ਸੇਵਾ ਤੇ 84ਵੇਂ ਸਾਲ ਵਿੱਚ ਜਾ ਕੇ ਗੁਰਤਾ ਗੱਦੀ ਪ੍ਰਾਪਤ ਹੋ ਗਈ ਆਖੋ ਸਤਨਾਮ ਵਾਹਿਗੁਰੂ ਇਹ ਤਾਂ ਗੁਣ ਹੈ ਭਾਈ ਚੰਗਾ ਘਰ ਬਣਾਉਣਾ ਹੋਵੇ ਤੁਸੀਂ ਕਹਿ ਰਹੇ ਹੋ ਨਾ ਵੀ ਕੋਈ ਚੰਗਾ ਜਿਹਾ ਮਿਸਤਰੀ ਹੋ ਜੇ ਗੱਡੀ ਖਰੀਦਣੀ ਹੈ ਤਾਂ 20 ਘਰਾਂ ਤੋਂ ਪੁੱਛ ਕੇ ਲਵਾਂਗੇ ਵੀ ਕਿਹੜੀ ਚੰਗੀ ਹੈ ਤੇ ਜੇ ਆਪਣੇ ਵਿੱਚ ਘਾਟਾਂ ਆ ਆਪਾਂ ਕਿਵੇਂ ਪਸੰਦ ਆਵਾਂਗੇ ਕੋਸ਼ਿਸ਼ ਕਰੋ ਆਪਣੇ ਵਿੱਚੋਂ ਵੀ ਔਗਣਾ ਨੂੰ ਕੱਢੋ ਗੁਣ ਜਿੱਥੋਂ ਵੀ ਮਿਲਣ ਨਿਮਰਤਾ ਨਾਲ ਝੋਲੀ ਅੱਡ ਕੇ ਲੈ ਲਿਆ ਕਰੋ ਗੁਰਮਖੋ ਪਰ ਹੋਵੇਂ ਸਾਡੀ ਏਡੀ ਵੱਧ ਗਈ ਗੁਣ ਰੁਕਦੇ ਹੀ ਨਹੀਂ ਆਖੋ ਸਤਨਾਮ ਉਹ ਤਾਂ ਜਮਾਨਾ ਇਹੋ ਜ ਆਖੋ ਗੱਲ ਕਿਸੇ ਨੂੰ ਚੰਗੀ ਮੈਨੂੰ ਬੁਰੀ ਸਮਝ ਕੇ ਤੰਗੀ ਤੂੰ ਜੋ ਬਣਿਆ ਰ ਸਤ ਸੰਗੀ ਤੇਰੀ ਚਾਲ ਨਿਆਰੀ ਆ ਆਖੇ ਕੌਣ ਕਿਸੇ ਦੇ ਲੱਗਦਾ ਦੁਨੀਆ ਆਪ ਮੁਹਾਰੀ ਐ ਤਾਂ ਹੀ ਭਾਈ ਅਸੀਂ ਦੁਖੀ ਆ ਤੇ ਗੁਰੂ ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ ਰੱਤੇ ਸਈ ਜੇ ਮੁਖ ਨਾ ਮੁੜਨ ਜਿੰਨੀ ਸੰਜਾਤਾ ਸਾਈਂ ਕਹਿੰਦੇ ਰੰਗੇ ਹੋਏ ਉਹਨਾਂ ਨੂੰ ਕਹੀਏ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਪਛਾਣਿਆ ਤੇ ਗੁਰੂ ਤੋਂ ਮੁਖੜਾ ਨਾ ਮੋੜਨ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ ਕਹਿੰਦੇ ਜਿਨ੍ਹਾਂ ਨੂੰ ਭਰੋਸਾ ਹੀ ਨਹੀਂ ਹੈ ਜਿਨ੍ਹਾਂ ਨੂੰ ਆਪਣੇ ਮਾਲਕ ਤੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਹੈਗਾ ਉਹ ਤਾਂ ਝੂਠੇ ਆਸਕੈ ਆਪਣੀ ਮੰਜ਼ਲ ਤੇ ਨਹੀਂ ਪਹੁੰਚਦੇ ਰਾਹ 'ਚ ਹੀ ਡਿੱਗ ਪੈਂਦੇ ਆ ਆਖੋ ਸਤਨਾਮ ਵਾਹਿਗੁਰੂ ਝੜ ਝੜ ਪਵਨ ਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ ਪ੍ਰਭੂ ਤੱਕ ਪਹੁੰਚ ਨਹੀਂ ਸਕਦੇ ਤੇ ਮਹਾਰਾਜ ਕਹਿੰਦੇ ਧਣੀ ਵਿਹੂਣਾ ਪਾਟ ਪਟੰਬਰ ਪਾਹੀ ਛੇਤੀ ਜਾਲੇ ਧਣੀ ਵਿਹੂਣਾ ਭਾਵ ਆਪਣੇ ਮਾਲਕ ਤੋਂ ਬਗੈਰ ਆਪਣੇ प्यारे ਤੋਂ مالک ਤੋਂ ਬਗੈਰ ਪਾਟ ਪਟੰਬਰ ਪਾਏ ਹੋਏ ਰੇਸ਼ਮ ਦੇ ਕੱਪੜੇ ਚੰਗਾ ਧਨ ਮਾਲ ਅਤਰ ਫਲੇਲ ਸੈਂਟ ਸਿੜਕਿਆ ਹੋਇਆ ਕੀ ਫਾਇਦਾ ਇਹਦਾ ਜੇ ਤੇਰਾ ਮਾਲਕ ਹੀ ਹੈ ਨਹੀਂ ਹੁਣ ਗ੍ਰਿਸ਼ਤੀ ਬੈਠੇ ਹਾਂ ਕਿਸੇ ਬੀਬੀ ਦਾ ਰੱਬ ਨਾ ਕਰੇ ਪਹਿਲੀ ਬੇਨਤੀ ਹੈ ਰੱਬ ਨਾ ਕਰੇ ਕਿਸੇ ਦਾ ਜਵਾਨੀ ਪਹਿਰੇ ਪਤੀ ਚਲਾਣਾ ਕਰ ਜੇ ਤੇ ਉਹ ਰੇਸ਼ਮੀ ਕੱਪੜੇ ਪਾਵੇ, ਸੁਰਖੀ ਪਾਊਡਰ ਲਾ ਕੇ ਸੈਂਟ ਸਿੜਕ ਕੇ ਘੁੰਮਦੀ ਫਿਰਦੀ ਆ ਉਹਦਾ ਕਿਸ ਕੰਮ ਐ ਤੇ ਦੇਖਣ ਵਾਲਾ ਵੀ ਕਹੂਗਾ ਲੈ ਸ਼ਰਮੀ ਨਹੀਂ ਹੈਗੀ। ਇਹੀ ਹਾਲ ਐ ਆਪਣਾ ਵੀ ਜੇ ਮਾਲਕ ਦਾ ਨਾਮ ਨਹੀਂ ਜਪਦੇ ਜਿੰਨਾ ਮਰਜੀ ਧਨ ਕਮਾ ਲਈਏ, ਬਣਾ ਲਓ ਕੋਠੀਆਂ, ਕਾਰਾਂ ਖਰੀਦ ਲਓ ਉਹ ਤਾਂ ਸਰੀਰ ਨੂੰ ਸੁੱਖ ਦੇਣ ਵਾਸਤੇ ਐ। ਰਾਵਣ ਕੋਲੇ ਥੋੜਾ ਕੁਝ ਸੀ ਗੁਰਮੁਖ ਕੋ। ਅਰੰਗਜੀਬ ਕੋਲੇ ਥੋੜਾ ਕੁਝ ਸੀ। ਜਹਾਂਗੀਰ ਕੋਲੇ ਕੋਈ ਘਾਟ ਸੀ, ਸਭ ਕੁਝ ਸੀ। ਪਰ ਰਹਿ ਗਿਆ ਕੀ ਬਦਨਾਮੀਓਂ ਹੀ ਪੱਲੇ ਐ ਕਿਉਂ ਧਰਮ ਨੂੰ ਸਮਝਿਆ ਨਹੀਂ ਤਰੀਕਾ ਉਲਟ ਕਰ ਲਿਆ ਗੁਰਮੁਖੋ ਜ਼ੁਲਮ ਕੀਤਾ ਸਭ ਤੇ ਤੇ ਅੱਜ ਨਾ ਕੋਈ ਬੁੱਤ ਨਾ ਸਮਾਦ ਕੋਈ ਕਰਦਾ ਨਹੀਂ ਯਾਦ ਆ ਫਤਿਹਗੜ੍ਹ ਸਾਹਿਬ ਤੁਸੀਂ ਜਾ ਕੇ ਆਏ ਹੋ ਜਿੱਥੇ ਤਾਂ ਸਾਬ ਜਦਿਆਂ ਨੂੰ ਸ਼ਹੀਦ ਕੀਤਾ ਉੱਥੇ ਵੀ ਗੁਰੂ ਘਰ ਬਣ ਗਿਆ ਮੱਥੇ ਟਿਕਦੇ ਸਗੋ ਦੁਨੀਆ ਕਹਿੰਦੀ ਆ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਦਰਸ਼ਨ ਕਰਾਓ ਜਿੱਥੇ ਸਾਹਿਬ ਜਦਿਆਂ ਦਾ ਸੰਸਕਾਰ ਹੋਇਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਉੱਥੇ ਵੀ ਆ ਕੇ ਜਾਪਾਂ ਮੱਥੇ ਟੇਕਦੇ ਆ ਨਮਸਕਾਰਾ ਹੁੰਦੀ ਐ ਤੇ ਇਥੋਂ ਦਾ ਬਾਦਸ਼ਾਹ ਕਿਹੜਾ ਸੀ ਵਜੀਦ ਖਾਨ ਉਹਦਾ ਇਲਾਕਾ ਹੋਵੇ ਉਹਦਾ ਰਾਜ ਭਾਗ ਹੋਵੇ ਕਿਤੇ ਜਾ ਕੇ ਪੁੱਛ ਕੇ ਦੇਖ ਲਿਓ ਜਿੱਦੇ ਦਵਾਰੇ ਜਾऊं ਵੀ ਕਿਤੇ ਕੋਈ ਨਿਸ਼ਾਨੀ ਹੈਗੀ ਆ ਖਤਮ ਸਭ ਕੁਝ ਕਿਉਂ ਕਿਉਂਕਿ ਧਰਮ ਨਹੀਂ ਕਮਾ ਸਕਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਮਹਾਰਾਜ ਜਿਹੜੇ ਬਚਨ ਲੇ ਗਏ ਨਾ ਧਣੀ ਵੀ ਹੂ ਨਾ ਕਹਿੰਦੇ ਮਾਲਕ ਤੋਂ ਬਗੈਰ ਪਾਟ ਪਟੰਬਰ ਰੇਸ਼ਮੀ ਕੱਪੜੇ ਸੋਹਣਾ ਲਿਬਾਸ ਭਾਈ ਛੇਤੀ ਜਾਲੇ ਕਹਿੰਦੇ ਸਾੜ ਦੇ ਅੱਗ ਵਿੱਚ ਸਭ ਕੁਝ ਜੇ ਤੇਰਾ ਮਾਲਕ ਹੀ ਹੈ ਨਹੀਂ ਆਖੋ ਸਤਨਾਮ ਵਾਹਿਗੁਰੂ ਧੂੜੀ ਵਿੱਚ ਲੜੰਦੜੀ ਸੋਹਾਂ ਨਾਨਕ ਤੈ ਸਹ ਨਾਲੇ ਜਿਨ੍ਹਾਂ ਦੇ ਮਾਲਕ ਨਾਲ ਐ ਜਿਹੜੇ ਮਾਲਕ ਦੇ ਬਣੇ ਨੇ ਉਹ ਤਾਂ ਭਾਵੇਂ ਧੂੜੀ ਚ ਲਟਦੇ ਹੀ ਕਿਉਂ ਨਾ ਹੋਣ ਪਾਟੀਆਂ ਲੀਰਾਂ ਹੀ ਕਿਉਂ ਨਾ ਪਹਿਨੀਆਂ ਹੋਣ ਉਹ ਤਾਂ ਵੀ ਸੋਹਣੇ ਲੱਗਦੇ ਆ ਆਖੋ ਸਤਨਾਮ ਵਾਹਿਗੁਰੂ ਉਹ ਤਾਂ ਗੋਦੜੀਆਂ ਵਿੱਚ ਸੌਂਦੇ ਜਿਨ੍ਹਾਂ ਦੇ ਮਨ ਰੇਸ਼ਮ ਵਰਗੇ ਨੇ ਉਹ ਤਾਂ ਗੋਦੜੀਆਂ ਵਿੱਚ ਸੌਂਦੇ ਜਿਨ੍ਹਾਂ ਦੇ ਮਨ ਰੇਸ਼ਮ ਵਰਗੇ ਨੇ ਮਨ ਰੇਸ਼ਮ ਵਰਗੇ ਨੇ ਜਿਨ੍ਹਾਂ ਦੇ ਮਨ ਰੇਸ਼ਮ ਵਰਗੇ ਨੇ ਜਿਨ੍ਹਾਂ ਦੇ ਮਨ ਰੇਸ਼ਮ ਵਰਗੇ ਨੇ ਉਹ ਤਾਂ ਗੋਦੜੀਆਂ ਵਿੱਚ ਸੌਂਦੇ ਜਿਨ੍ਹਾਂ ਦੇ ਮਨ ਰੇਸ਼ਮ ਵਰਗੇ ਨੇ ਉਹ ਤਾਂ ਗੋਦੜੀਆਂ ਵਿੱਚ ਸੌਂਦੇ ਜਿਨ੍ਹਾਂ ਦੇ ਮਨ ਰੇਸ਼ਮ ਵਰਗੇ ਨੇ ਅਈ ਭਾਵੇਂ ਧੂੜੀ ਚ ਲਟਦਾ ਪਰ ਸੋਹਣਾ ਲੱਗੇਗਾ ਜੇ ਮਾਲਕ ਤੇਰੇ ਨਾਲ ਹੈ ਮਾਲਕ ਦਾ ਬਣਿਆ ਇਸ ਕਰਕੇ ਆਪੋ ਆਪਣੇ ਧਰਮ ਨੂੰ ਪੁਛਾਣੋ ਆਪੋ ਆਪਣੇ ਧਰਮ ਚ ਭਾਈ ਪੱਕੇ ਹੋ ਜੋ ਪੁੰਨਦਾਨ ਕਰੋ ਵੱਧ ਤੋਂ ਵੱਧ ਸਿਮਰਨ ਕਰੋ ਤੇ ਜੇ ਮਾਲਕ ਨੇ ਵਡਿਆਈ ਦਿੱਤੀ ਆ ਕਿਤੇ ਆਪ ਤੋਂ ਨੀਵੇਂ ਨੂੰ ਵੇਖ ਕੇ ਉਹਦਾ ਨਰਾਦਰ ਨਾ ਕਰ ਬੈਠੇ ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਐ ਕੋਏ ਅਜਹੋ ਸੁਨਾਓ ਸਮੁੰਦਰ ਮਹਿ ਕਿਆ ਜਾਨੋ ਕਿਆ ਹੋ ਅਜੇ ਤਾਂ ਤੇੜੀ ਵੀ ਵੇੜੀ ਅਧ ਵਿਚਾਲੇ ਐ ਕੀ ਪਤਾ ਕੀ ਹੋਣਾ ਆ ਜਿਹੜੀ ਸਾਖੀ ਤੁਸੀਂ ਸੁਣੀ ਐ ਇਹੀ ਹਾਲ ਹੋਇਆ ਸੀ ਅਧ ਵਿਚਾਲੇ 베ੜੀ ਸੀ ਬਸ ਬੁਢੇਪੇ ਚ ਆ ਕੇ ਡੁੱਬ ਗਈ ਗੁਰਮੁਖੋ ਭਾਈ ਕੀਰਤੀਏ ਨੇ ਬੇਨਤੀ ਕੀਤੀ ਸੰਗਤ ਨੇ ਕੀਤੀ ਬੇਨਤੀ ਮਹਾਰਾਜ ਨੇ ਫਿਰ ਭਾਈ ਗੁਰਦਾਸ ਭਾਈ ਸੋਭਾ ਸਿੰਘ ਦੋ ਨਾਮ ਆਏ ਨੇ ਇਤਿਹਾਸ ਵਿੱਚ ਇਹ ਸਿੱਖ ਦੇ ਹੁੰਦੇ ਆ ਕਈ ਵਾਰੀ ਦੋ ਦੋ ਨਾਮ ਗੁਰੂ ਗੁਰਦਾਸ ਤੇ ਸੋਭਾ RAM ਰਿਛ ਦੀ ਜੂਨ ਵਿੱਚ ਪਏ ਹੋਏ ਨੂੰ ਮੁਕਤੀ ਦਿੱਤੀ ਉਧਾਰ ਕੀਤਾ ਤੇ ਭਾਈ ਕੀਰਤੀਏ ਨੇ ਫਿਰ ਜਦੋਂ ਇਹ ਵੇਖਿਆ ਫਿਰ ਐਡੀ ਨਿਮਰਤਾ ਆ ਗਈ ਮੇਰੇ ਮਾਲਕ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਫਿਰ ਕੀਰਤ ਸਿੰਘ ਬਣਿਆ ਗੁਰੂ ਬਸ ਭੁੱਲ ਗਿਆ ਕੌਣ ਮਾੜਾ ਕਹਿੰਦਾ ਕੌਣ ਚੰਗਾ ਕਹਿੰਦਾ ਦੁਨੀਆ ਜੋ ਮਰਜੀ ਕਹੇ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ ਪਰ ਹੁਣ ਗੁਰੂ ਦਾ ਹੀ ਬੰਨਣਾ ਗੁਰ ਕਾ ਸ਼ਬਦ ਅਰਾਧੀ ਹੈ ਨਾਮ ਰੰਗ ਬੈਰਾਗ ਜੀਤੇ ਪੰਜ ਬੈਰਾਈ ਆ ਨਾਨਕ ਸਫਲ ਮਾਰੂ ਇਹ ਰਾਗ ਬਸ ਜਿੱਤਲੇ ਪੰਜ ਵੈਰੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਜਿਨ੍ਹਾਂ ਨੇ ਜਿੱਤ ਲਿਆ ਗੁਰਮਖੋ ਫਿਰ ਉਹਨਾਂ ਦੀ ਜੈ ਜੈਕਾਰ ਹੋਣੀ ਹੋਣੀ ਗੁਰੂ ਸਾਹਿਬ ਦਾ ਬਣਿਆ ਜਿਹੜਾ ਵੀ ਹੁਕਮ ਮਹਾਰਾਜ ਨੇ ਕਰਨਾ ਖਿਹੜੇ ਮੱਥੇ ਪ੍ਰਵਾਨ ਕਰਨਾ ਇੱਥੋਂ ਤੱਕ ਅਨੰਦਪੁਰ ਸਾਹਿਬ ਦਾ ਕਿਲਾ ਜਦੋਂ ਛੱਡਣਾ ਪਿਆ ਸੱਚੇ ਸਤਗੁਰੂ ਨੂੰ ਉਦੋਂ ਵੀ ਭਾਈ ਕੀਰਤ ਸਿੰਘ ਨਾਲ ਗੁਰਮੁਖੋ ਜਦੋਂ ਚਮਕੌਰ ਸਾਹਿਬ ਜੁੱਧ ਹੋਇਆ ਸੀ ਉਦੋਂ ਵੀ ਨਾਲ ਜਿੱਥੇ ਗੁਰੂ ਪੁੱਤਰਾਂ ਨੇ ਗੁਰੂ ਕੇ ਲਾਲਾਂ ਨੇ ਸਿੱਧੀਆਂ ਪਾਈਆਂ ਭਾਈ ਕੀਰਤ ਸਿੰਘ ਨੇ ਵੀ ਸ਼ਹੀਦੀ ਪਾਈ 10 ਲੱਖ ਸੈਨਾ ਦਾ ਘੇਰਾ ਸੀ ਤੇ ਭਾਈ ਕੀਰਤ ਸਿੰਘ ਵਰਗੇ ਉੱਚੀ ਉੱਚੀ ਗਾਉਂਦੇ ਸੀ ਦੇਹੇ ਸ਼ਬਾ ਵਰ ਮੋਹੇ ਇਹ ਹੈ ਸੁਭ ਕਰਮਨ ਤੇ ਕਭ ਹੂੰ ਨਾ ਟਰੂੰ ਨਾ ਡਰੂੰ ਅਰਸੋਂ ਜਬ ਜਾਏ ਲਰੂੰ ਨਿਹਚੈ ਕਰ ਆਪਣੀ ਜੀਤ ਕਰੂੰ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤਉ ਉਚਰੂੰ ਜਬ ਆਵ ਕੀ ਆਉ ਦੇ ਨਿਦਾਨ ਬਣੈ ਅਤ ਹੀ ਰਣ ਮਹਿ ਤਬ ਜੂਜ ਮਰੋ ਧਨ ਜੀਉ ਤਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰਾ ਯੁੱਧ ਜੰਗ ਜਾਂ ਸਮਾ ਸੀ ਫੇਰ ਵੀ ਪਰਮੇਸ਼ਰ ਦਾ ਪੱਲਾ ਨਹੀਂ ਛੱਡਿਆ ਆਖੋ ਸਤਨਾਮ ਤੇ ਅੱਜ ਦੁਨੀਆ ਕਹਿੰਦੀ ਆ ਬਸ ਏਕ ਹੀ ਤੀਰਥ ਹੈ ਹਿੰਦ ਵਿੱਚ ਏਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੇਟੇ ਜਹਾ ਖੁਦਾ ਕੇ ਲਈਏ ਤੇ ਉਹ ਤੀਰਥ ਵਿੱਚ ਭਾਈ ਕੀਰਤ ਸਿੰਘ ਨੇ ਫਿਰ ਸ਼ਹੀਦੀ ਪਾਈ ਦੇਖੋ ਪਿਆਰਿਓ ਸਦਾ ਵਾਸਤੇ ਮਹਾਰਾਜ ਨੇ ਮਾਨ ਵਧਾਤਾ ਇਹੇ ਜੇ ਸਿੱਖ ਬਣੋ ਜਿਨ੍ਹਾਂ ਨੂੰ ਮਾਲਕ ਵੀ ਪਿਆਰ ਨਾਲ ਕਹਿਣ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਕੱਲੇ ਗੋਲਕਾਂ ਦੇ ਸੱਪ ਬਣ ਕੇ ਨਾ ਰਹਿ ਜਿਏ ਪਿਆਰਿਓ ਸੇਵਾ ਤੇ ਸਿਮਰਨ ਵੱਤੋ ਵੱਤ ਜਿੰਦਗੀ ਚ ਕਰੀਏ ਕੌੜੇ ਬਚਨ ਜਿਹੜੀ ਸਾਡੀ ਰਸਨਾ ਬੋਲਦੀ ਹੈ ਇਹਨਾਂ ਨੂੰ ਥੋੜਾ ਬਹੁਤਾ ਸੰਕੋਚ ਨਾਲ ਚੱਲਿਆ ਕਰੋ ਕਈ ਬੋਲਣ ਵੇਲੇ ਫਿਰ ਦੇਖਦੇ ਨਹੀਂ ਵਿੱਚ ਧਰਮੀ ਪੁਰਸ਼ ਵੀ ਹੁੰਦੇ ਆ ਉਹਨਾਂ ਦਾ ਵੀ ਨਰਾਦਰ ਕਰ ਬੈਂਦੇ ਆ ਜਿਹਦੇ ਕਰਕੇ ਸਾਨੂੰ ਮਾਰ ਪੈਂਦੀ ਹੈ ਤੇ ਜੇ ਦਸਾਂ ਨੌਾਂ ਦੀ ਕਿਰਤ ਕਰ ਦਿਓ ਮੰਨ ਲਓ ਆਮ ਘਰੇਲੂ ਘਰਾਂ 'ਚ ਰਹਿਣ ਵਾਲੇ ਕੰਮ ਧੰਦੇ ਵਾਲਿਓ ਤਾਂ ਵੀ ਉਹ ਜੇ ਬਣੋ ਆ ਜਿਹੜਾ ਗੱਡੇ ਲਈ ਜਾਂਦਾ ਵੀ ਮੇਰੇ ਮਾਲਕ ਉਹਦੀ ਰਸਨਾ ਤੋਂ ਨਿਕਲਿਆ ਬਚਨ ਉਹਦਾ ਵੀ ਪੂਰਾ ਕਰਤਾ ਆਖੋ ਸਤਨਾਮ ਵਾਹਿਗੁਰੂ ਉਹੇ ਜੇ ਬਣਨਾ ਹੈ ਗੁਰਮੁਖੋ ਇੱਥੇ ਗੱਲ ਇਹ ਨਹੀਂ ਹੈ ਵੀ ਕੌਣ ਕੀ ਕਰਦਾ ਸਤਗੁਰੂ ਤਾਂ ਕਹਿੰਦੇ ਤੇਰੀ ਕਿਰਤ ਵੀ ਧਰਮ ਹੋਵੇ ਕਿ ਤੇ ਧਰਮ ਨੂੰ ਹੀ ਨਾ ਧੰਦਾ ਬਣਾ ਕੇ ਬੈਜੀ ਧੰਦਾ ਵੀ ਧਰਮ ਹੋਵੇ ਤਾਂ ਮਾਲਕ ਨੂੰ ਭਾ ਜਾਏਗਾ ਭਾਈ ਫੇਰ ਇਸ ਸੰਗਤ ਵਿੱਚ ਆਉਣ ਦਾ ਫਾਇਦਾ ਭਾਈ ਗੁਰਮੁਖੋ ਨਿਮਰਤਾ ਮਿੱਠ ਬੋਲੜਾ ਸੁਭਾ ਇਹ ਗੁਰਸਿੱਖਾਂ ਦੇ ਗਹਿਣੇ ਨੇ ਇਹਨਾਂ ਨੂੰ ਜ਼ਰੂਰ ਧਾਰਨ ਕਰੋ ਹਉਮੈ ਨੂੰ ਥੋੜਾ ਬਹੁਤਾ ਕੰਟਰੋਲ ਕਰੋ ਕੀ ਲੈ ਜਾਣਾ ਸੰਸਾਰ ਤੋਂ ਇਹ ਤਾਂ ਸਤਗੁਰ ਆਪ ਲਿਖ ਗਏ ਇਨੀ ਲੋਇਣੀ ਦੇਖਦੇ ਆ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਸਭ ਨੇ ਆਪੋ ਆਪਣਾ ਲਿਖਿਆ ਭੋਗਣਾ ਇਸ ਕਰਕੇ ਆਪਣੇ ਵੱਲ ਦੇਖ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਆਪ ਦੇਖ ਕੀ ਕਰਨ ਵਾਸਤੇ ਆਇਆ ਸਾਰੀ ਦੁਨੀਆ ਦੇ ਗ੍ਰੰਥ ਪੜ ਲਓ ਸਾਰੀ ਸ੍ਰਿਸ਼ਟੀ ਵੱਲ ਵੇਖ ਲਓ ਜਿੰਨਾ ਕੁਝ ਵੀ ਮਹਾਰਾਜ ਨੇ ਬਣਾਇਆ ਹੈ ਸਾਡੀ ਖਾਤਰ ਬਣਾਇਆ ਪਈ ਚੰਦ ਸੂਰਜ ਤਾਰੇ ਦਿਨ ਰਾਤ ਆਪਾਂ ਸਾਰੇ ਖੇਡਣ ਲੱਗੇ ਪਏ ਆ ਜੇ ਰਾਤ ਨਾ ਹੋਵੇ ਤੇ ਕੌਣ ਆਰਾਮ ਕਰੇ ਇਹ ਮਸ਼ੀਨਰੀ ਐ ਸਰੀਰ ਵੀ ਜੇ ਇਹਨੂੰ ਰੈਸਟ ਨਾ ਮਿਲੇ ਜ਼ਿਆਦਾਤਰ ਨਹੀਂ ਚੱਲੂਗੀ ਗੁਰਮੁਖੋ ਮਹਾਰਾਜ ਕਹਿੰਦੇ ਦਿਵਸ ਰਾਤ ਦੋਇਦਾਈ ਦਾਇਆ ਖੇਲਾ ਸਗਲ ਜਗਤ ਰਾਤ ਨੂੰ ਤਾਂ ਚੰਦ ਸੂਰਜ ਤਾਰੇ ਇਹ ਆਪਣੀ ਆਪਣੀ ਡਿਊਟੀ ਨਿਭਾਉਂਦੇ ਰਹਿੰਦੇ ਨੇ ਪਰ ਬਾਕੀ ਤਾਂ ਕਾਇਨਾਤ ਦਾ ਜਰਾ-ਜਰਾ ਸੌ ਜਾਂਦਾ ਗੁਰੂ ਨੂੰ ਖੇਡਾ ਮਾਲਕ ਨੇ ਬਣਾਈਆਂ ਸਭ ਕੋ ਸਾਡੇ ਵਾਸਤੇ ਤੇ ਪਰ ਜਦੋਂ ਆਪਾਂ ਵੇਖੋਗੇ ਵੀ ਅਸੀਂ ਕਾਦੇ ਵਾਸਤੇ ਬਣਿਆ ਤਾਂ ਇੱਕੋ ਹੀ ਤਰੀਕਾ ਹੈ ਬਣਜ ਕਰੋ ਬਣ ਜਾ ਰਹੋ ਵਖਰ ਲੇਹੋ ਸੰਭਾਲ ਬਣਜ ਕਰੋ ਪਰ ਕਿਹਦਾ ਨਾਮ ਦਾ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਕਹਿੰਦੇ ਜਿਹੜਾ ਸੌਦਾ ਤੂੰ ਖਰੀਦਣ ਆਇਆ ਉਹ ਐ RAM ਦਾ ਨਾਮ ਉਹ ਤਾਂ ਭਾਈ ਸਾਧੂਆਂ ਦੀ ਹੱਟ ਤੋਂ ਮਿਲੂਗਾ ਆਖੋ ਸਤਨਾਮ ਜਾ ਗੁਰੂ ਨਾਨਕ ਦੇ ਘਰ ਨਾਲ ਜੁੜਜੋ ਕਿਉਂਕਿ ਗੁਰੂ ਨਾਨਕ ਦੇ ਘਰ ਦੀ ਸੋਭਾ ਤਾਂ ਇਹੋ ਜੀ ਐ ਸੱਜਣ ਠੱਗ ਕੋਲੋਂ ਠੱਗਪੁਣਾ ਖੋលਿਆ ਉਹਨੂੰ RAM ਨਾਮ ਦੇਤਾ ਗੁਰਮੁਖ ਕੋ ਕੌਡੇ ਰਾਖਸ਼ ਦਾ ਰਾਖਸ਼ਪੁਣਾ ਮਹਾਰਾਜ ਨੇ ਖੋਲਿਆ ਉਹਨੂੰ ਸੱਚਾ ਬਣਾਤਾ ਸਿੱਖ ਕਹਿੰਦੇ ਆ ਲੈ ਨਾਮ ਜਪਿਆ ਕਰ ਹੋਰ ਨਾਂ ਨੂੰ ਜਪਾਇਆ ਕਰ ਭੂਮੀਆਂ ਵਰਗੇ ਚੋਰਾਂ ਤੋਂ ਵੀ ਨਫ਼ਰਤ ਨਹੀਂ ਕੀਤੀ ਸੱਚ ਬੋਲੀ ਖਾ ਕੇ ਹਰਾਮ ਨਾ ਕਰੀ ਗਰੀਬ ਮਾਰ ਨਾ ਕਰੀ ਆਹ ਗੱਲਾਂ ਤੇ ਪਹਿਰਾ ਨਹੀਂ ਕਹਿੰਦੇ ਉਹਨੇ ਪਹਿਰਾ ਦੇ ਲਿਆ ਫਿਰ ਉਹ ਰਾਜੇ ਦਾ ਵਜ਼ੀਰ ਬਣਿਆ ਸੀ ਆਖੋ ਸਤਨਾਮ ਵਾਹਿਗੁਰੂ ਬਸ ਬਚਨ ਹੈ ਗੁਰਮੁਖੋ ਹੋਰ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਪਹਿਲਾਂ ਗੁਣ ਔਗਣ ਦੇਖਦੇ ਆ ਮਾਲਕ ਦਾ ਦਰ ਇਦਾਂ ਦਾ ਨਹੀਂ ਹੈ ਇੱਥੇ ਤਾਂ ਜਿਹੜਾ ਵੀ ਚੱਲ ਕੇ ਆ ਗਿਆ ਬਸ ਉਹਦੇ ਫਿਰ ਕਰਮ ਮੇਟ ਦਿੰਦੇ ਐ ਤੇ ਉਹਨੂੰ ਸਦਾ ਵਾਸਤੇ ਅਮਰ ਕਰ ਦਿੰਦੇ ਐ ਪਰ ਉਹ ਤਾਂ ਜਿਹੜਾ ਬਚਨ ਕਮਾਉਂਦਾ ਜੇ ਭਾਂਡਾ ਪਹਿਲਾਂ ਹੀ ਭਰਿਆ ਹੋਇਆ ਚਾਪਾ ਹੋਰ ਵਸਤੂ ਪਾਈਏ ਫਿਰ ਡੁੱਲੂਗੀ ਨਾ ਗੁਰਮੁਖੋ ਖਾਲੀ ਬਰਤਨ ਹੋਵੇ ਉਹਦੇ ਵਿੱਚ ਪਦਾਰਥ ਟਿਕ ਸਕਦਾ ਇਸ ਕਰਕੇ ਹਉਮੈ ਕੱਢ ਲੋ ਬਸ ਜਿੱਦੇ ਹਉਮੈ ਸਰੀਰ ਰੂਪੀ ਭਾਂਡੇ ਚੋਂ ਨਿਕਲ ਗਈ ਮਹਾਰਾਜ ਦੀ ਕਿਰਪਾ ਨਾਲ ਗੁਣ ਪੈ ਜਾਣੇ ਐ ਆਪੇ ਬੇੜਾ ਬੰਨੇ ਲੱਗ ਜਾਣਾ ਐ ਸੋ ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤਨੌਲਾ ਸ਼ਹਿਰ ਵਿਖੇ ਗੁਰਦੁਆਰਾ ਰਾਮ ਸਰ ਸਾਹਿਬ ਜਿੰਨੀ ਵੀ ਸੰਗਤ ਚੱਲ ਕੇ ਦੂਰ ਨੇੜੇ ਪਹੁੰਚੇ ਹੋ ਸਭ ਨੂੰ ਜੀ ਆਇਆਂ ਨੂੰ ਮਾਲਕ ਸਭ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰੇ ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ ਹੈ ਤੁਹਾਡਾ ਵੀ ਭਾਈ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਜਿਹੜੀ ਸੇਵਾ ਤੁਸੀਂ ਦਿਨੇ ਹੋ ਅਸੀਂ ਵੀ ਇਹਦੇ ਨਾਲ ਇੱਕ ਧਰਮ ਕਾਰਜ ਕਰ ਰਹੇ ਆ ਜਦੋਂ ਇਧਰੋਂ ਜਾਈਏ ਨਾ ਬਰਨਾਲੇ ਤੋਂ ਰਾਮਪਰਾ ਰਾਮਪਰੇ ਤੋਂ ਮੋੜ ਮੰਡੀ ਨੂੰ ਦਮਦਮਾ ਸਾਹਿਬ ਵਾਲਾ ਰੋਡ ਆ ਜਿਹੜਾ ਸਾਬੋ ਕੀ ਤਲਵੰਡੀ ਵਾਲਾ ਰਾਮਪਰੇ ਤੋਂ ਮੋੜ ਮੰਡੀ ਵੱਲ ਨੂੰ 13 ਕਿਲੋਮੀਟਰ ਜਾ ਕੇ ਰੋਡ ਤੇ ਗੁਰਦੁਆਰਾ ਸਾਹਿਬ ਹੈ ਜਿੱਥੇ ਦਿਨ ਰਾਤ ਲੰਗਰ ਦੀ ਸੇਵਾ ਮਹਾਰਾਜ ਲੈ ਰਹੇ ਨੇ ਨਾਲ ਬੇਸਹਾਰਾ ਬਜ਼ੁਰਗ ਜਾਂ ਬੱਚਿਆਂ ਵਾਸਤੇ ਵੀ ਉੱਥੇ ਕਮਰੇ ਤਿਆਰ ਹੋ ਰਹੇ ਨੇ ਇਹ ਉੱਥੇ ਸਾਰੀ ਸੇਵਾ ਤੁਹਾਡੀ ਤਿਲ ਫੁਲ ਮਾਇਆ ਉੱਥੇ ਸੇਵਾ ਚ ਲੱਗਦੀ ਹੈ ਭਾਈ 10 ਦਾ ਨਗਰ ਤਾਂ ਹੈਗਾ ਵਾਲਿਆਂ ਵਾਲੀ ਬਠਿੰਡੇ ਜ਼ਿਲ੍ਹੇ ਦਾ ਪਰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਆ ਟਾਈ ਫੈਟ ਦੀ ਵੀ ਦਵਾਈ ਮਿਲਦੀ ਹੈ ਬਵਾਸਿਰ ਦੀ ਵੀ ਦਵਾਈ ਮਿਲਦੀ ਹੈ ਜੇ ਕਿਸੇ ਨੂੰ ਹੋਵੇ ਤਾਂ ਸਾਡਾ ਨੰਬਰ ਕਾਰਡ ਵਗੈਰਾ ਲੈ ਕੇ ਤੁਸੀਂ ਸੰਪਰਕ ਕਰਕੇ ਜਰੂਰ ਜਿੰਨੀਆਂ ਕੁ ਸੇਵਾ ਮਹਾਰਾਜ ਦੀ ਕਿਰਪਾ ਨਾਲ ਹੋ ਰਹੀਆਂ ਆ ਉਹਦਾ ਲਾਭ ਪ੍ਰਾਪਤ ਕਰੋ ਤੇ ਆ ਮੂਰੇ ਜਿਹੜੀ 9 ਤਰੀਕ ਆ ਰਹੀ ਆ ਉੱਥੇ ਵੀ ਪ੍ਰੋਗਰਾਮ ਹੈ 9 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਹੋਣਗੇ 11 ਜਨਵਰੀ ਨੂੰ ਭੋਗ ਪਾਏ ਜਾਂਦੇ ਆ ਹਰ ਸਾਲ ਪੱਕਾ ਦਿਨ ਹੈ 11 ਜਨਵਰੀ ਦਾ ਅਖੰਡ ਪਾਤਸ਼ਾਹ ਦੇ ਭੋਗ ਪਹਿਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ ਵਿੱਚ ਜੋ ਮਾਲਕ ਨੇ ਆਪਾਂ ਨੂੰ ਦਾਤਾਂ ਦਿੱਤੀਆਂ ਉਹਦੇ ਸ਼ੁਕਰਾਨੇ ਵਜੋਂ ਪਾਠ ਹੁੰਦੇ ਨੇ ਭਾਈ ਸੰਗਤ ਦੂਰੋਂ ਨੇੜੋਂ ਪਹੁੰਚਦੀ ਆ 10 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਵੀ ਦੀਵਾਨ ਸਜਣਾ ਹੈ ਹੋਰ ਵੀ ਸੰਤ ਮਹਾਂਪੁਰਸ਼ ਆਉਣਗੇ ਜਿੰਨਾ ਜਿੰਨਾ ਕੋਲੇ ਸਮਾਂ ਹੋਵੇ ਜਰੂਰ ਪਹੁੰਚ ਕੇ ਦਰਸ਼ਨ ਦਿਓ ਨਾਲ ਮਾਲ ਪੂੜੇ ਔਰ ਖੀਰਾਂ ਦਾ ਲੰਗਰ ਗੁਰੂ ਕਾ ਲੰਗਰ ਟੁੱਟ ਵਰਤਦਾ ਸੋ ਇਹ ਸੇਵਾ ਸਾਰੀ ਤੁਹਾਡੀ ਉਥੇ ਸਰਦਾ ਭਾਵਨਾ ਦੇ ਨਾਲ ਸੇਵਾ ਚ ਹੀ ਲੱਗਦੀ ਹੈ ਤੁਹਾਡਾ ਬਹੁਤ ਧੰਨਵਾਦ